ਸਰਖੋ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਪੰਜਾਬੀ ਸਿਹਤ ਦੀ ਇੱਕ ਅਜਿਹੀ ਸ਼ਿਕਸ਼ੀਤ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੋ ਕਈ ਪੱਖਾਂ ਤੋਂ ਚਰਚਾ ਵਿੱਚ ਰਹਿੰਦੀ ਰਹੀ ਹੈ ਤੇ ਹੁਣ ਵੀ ਹੈ ਇਹ ਸ਼ਿਕਸ਼ੀਤ ਉਹ ਸ਼ਿਕਸ਼ੀਤ ਹੈ ਜਿਸ ਦਾ ਪਰ ਮਾ ਜਿ ਕਿ ਪਹਿਲੀ ਵਾਰ ਪੰਜਾਬੀ ਸਿਹਤ ਦੇ ਵਿੱਚ ਉਦੋਂ ਛਿੜਿਆ ਜਦੋਂ ਬਹੁਤ ਬੜੇ ਪਹਿਲਾਂ ਪੰਜਾਬ ਦੇ ਵਿੱਚ ਨਕਸਲਾਈਟ ਲਹਿਰ ਦੇ ਨਾਲ ਪੰਜਾਬੀ ਸਿਹਤ ਦੇ ਵਿੱਚ ਵੀ ਇੱਕ ਖਾਸ ਕਿਸਮ ਦੇ ਸਹਿਤ ਦੀ آمد ਹੋਈ ਉਹਦੇ ਤਿੰਨ ਸ਼ਾਇਰਾਂ ਦਾ ਜਿਨ੍ਹਾਂ ਦੀ ਜਾਦ ਹੋਵੇ ਤੇ ਚਰਚਾ ਹੋਇਆ ਸੀ ਉਹ ਸਨ ਲਾਲ ਸਿੰਘ ਦਿਲ ਪਾਸ਼ ਤੇ ਤੀਸਰੇ ਸਨ ਅਮਰਜੀਤ ਚੰਦਨ ਅੱਜ ਸਾਡੇ ਪ੍ਰੋਗਰਾਮ ਦੇ ਗੈਸਟ ਨੇ ਅਮਰਜੀਤ ਚੰਦਨ ਚੰਦਨ ਸਾਹਿਬ ਤੁਹਾਡੇ ਸਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਤੁਹਾਡਾ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਤੁਸੀਂ ਹਮੇਸ਼ਾ ਚਰਚਾ ਵਿੱਚ ਰਹਿੰਦੇ ਹੋ ਕਿਸੇ ਨਾ ਕਿਸੇ ਕਾਰਨ ਕਰਕੇ ਤੁਹਾਡੇ ਨਾਲ ਤੁਹਾਡੇ ਸਹਿਤਿਕ ਜਿਹੜਾ ਜਿਹੜੀ ਕੰਟਰੀਬਿਊਸ਼ਨ ਹੈ ਤੇ ਤੁਹਾਡੀ ਜਿਹੜੀ ਸ਼ਖਸੀਅਤ ਹੈ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚਲਦੀਆਂ ਰਹਿੰਦੀਆਂ ਕਹਿੰਦੇ ਤੁਹਾਡੀ ਕਵਿਤਾ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਇਹ ਜਿਹੜੀ ਹੈ ਕਈ ਕਈ ਬੰਦੇ ਕਹਿੰਦੇ ਨੇ ਕਿ ਅਮਰਜੀਤ ਨੂੰ ਕਵਿਤਾ ਤੇ ਗੱਦ ਦੇ ਵਿੱਚ ਪਛਾਣ ਨਹੀਂ ਹੈ ਅਗਲਾ ਬੰਦਾ ਜਿਹੜਾ ਆਉਂਦਾ ਉਹ ਇਹ ਕਹਿੰਦਾ ਹੈ ਕਿ ਪੰਜਾਬੀ ਕਵਿਤਾ ਨੂੰ ਅਮਰਜੀਤ ਚੰਦਨ ਨੇ ਗਲੋਬਲੀ ਪਛਾਣ ਦਿੱਤੀ ਹੈ ਤੀਸਰਾ ਬੰਦਾ ਜਿਹੜਾ ਆਉਂਦਾ ਉਹ ਕਹਿੰਦਾ ਕਿ ਅਮਰਜੀਤ ਕਪਤਾ ਤੇ ਠੀਕ ਲਿਖਦਾ ਪਰ ਸ਼ਖਸ਼ ਦੇ ਤੌਰ ਤੇ ਉਹ ਮੂੰਹ ਫਟਾ ਉਹ ਲਾ ਕੇ ਰੱਖ ਦਿੰਦਾ ਕਿਸੇ ਬੰਦੇ ਦੇ ਤੁਸੀਂ ਬਹੁਤ ਬਹੁਤ سارے ਸਵਾਲ ਇਕੱਠੇ ਕਰ ਰਹੇ ਹੋ ਇੱਕ 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 ਕਰਕੇ ਜੀ ਕਿਦੋਂ ਆਪਾਂ ਸ਼ੁਰੂ ਕਰ ਲਈਏ ਪਹਿਲੀ ਤਾਂ ਗੱਲ ਹੈ ਤੁਸੀਂ ਸ਼ਖਸੀਅਤ ਜਿਹੜਾ ਸ਼ਬਦ ਵਰਤਿਆ ਉਹ ਇਸਤਰੀ ਲਿੰਗ ਹੈ ਤੁਸੀਂ ਜਦੋਂ ਮੈਨੂੰ ਜਾਣ ਪਛਾਣ ਸਿਆਣ ਕਰਵਾ ਰਹੇ ਸੀ ਦਰਸ਼ਕਾਂ ਨਾਲ ਤਾਂ ਇਹ ਸ਼ਖਸੀਅਤ ਉਹ ਇਸਤਰੀ ਲਿੰਗ ਲੱਗ ਰਿਹਾ ਸੀ ਜਿਵੇਂ ਬੰਦਾ ਨਹੀਂ ਹੁੰਦਾ ਕੋਈ ਔਰਤ ਹੁੰਦੀ ਹੈ ਚਲੋ ਉਹ ਤਾਂ ਪਾਸ਼ਾ ਦੀ ਸੁਣਾਂ ਹਾਂ 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 ਤੁਹਾ ਜਿਹੜਾ ਤੁਸੀਂ ਇਤਰਾਜ਼ ਦੱਸਿਆ ਵੀ ਮੈਂ ਮੈਨੂੰ ਕਵਤਾ ਵਿੱਚ ਤੇ ਵਾਰਤਕ ਵਿੱਚ ਮੈਂ ਜਾਂ ਮੈਨੂੰ ਸਮਝ ਨਹੀਂ ਆਇਆ ਕੁਝ ਨੁਕਾਂ ਦਾ ਕੁਝ ਵਖਰੇ ਮੈਂ ਹਾਂ ਮੈਂ ਮੈਂ ਫਰਕ ਹੀ ਨਹੀਂ ਸਮਝਦਾ ਗੱਦ ਤੇ ਕਵਤਾ ਵਿੱਚ ਗੱਦ ਤੇ ਪਾਦ ਵਿੱਚ ਹੂੰ ਉਹਦਾ ਕਾਰਨ ਇਹ ਹੈ ਵੀ ਵਾਰਤਕ ਮੇਰੇ ਖਿਆਲ ਵਿੱਚ ਕਵਤਾ ਲਿਖਣ ਨਾਲੋਂ ਵੀ ਬੜੀ ਔਖੀ ਆਪਣੀ ਵਿਧਾ ਹੈ ਹੂੰ ਕਵਤਾ ਤਾਂ ਆਵੇਸ਼ ਵਿੱਚ ਲਿਖੀ ਜਾਂਦੀ ਜਦੋਂ ਵਹੀ ਹੁੰਦੀ ਹੈ ਜਾਂ ਨਾਜ਼ਰ ਹੁੰਦੀ ਹੈ ਜਾਂ ਜਾਂ ਉੱਪਰੋਂ ਉਤਰਦੀ ਹੈ ਉਹ ਤਾਂ ਕੁਛ ਛੇਣਾ ਹੀ ਹੁੰਦਾ ਹੈ ਹਮ ਵਾਰਤਕ ਤੇ ਇੱਕ ਇੱਕ ਫਿਕਰਾ ਇੱਕ ਇੱਕ ਵਾਕ ਬੰਨਣਾ ਹਾਂ ਉਹਦੇ ਲਈ ਬੜੀ ਸਾਧਨਾ ਕਰਨੀ ਪੈਂਦੀ ਹੈ ਉਹ ਸਮਾਧੀ ਵਰਗੀ ਗੱਲ ਹੈ ਜਿੰਨਾ ਮੁਸ਼ਕਲ ਕੰਮ ਹੈ ਅ ਮੁਸ਼ਕਲ ਹਾਂ ਮੁਸ਼ਕਲ ਤੋਂ ਸ਼ਾਇਦ ਮੁਸ਼ਕਲ ਉਹ ਨਹੀਂ ਕਹਿ ਸਕਦਾ ਪਰ ਉਹਦੇ ਚ ਜ਼ਿਆਦਾ ਸਾਧਨਾ ਹਮ ਜ਼ਿਆਦਾ ਮਿਹਨਤ ਹਮ ਜ਼ਿਆਦਾ ਲਗਨ ਜੀ ਜ਼ਿਆਦਾ ਸੋਚ ਹਮ ਤੇ ਕਵਤਾ ਤੇ ਵਾਰਤਕ ਵਿੱਚ ਮੈਂ ਫਰਕ ਇਸ ਲਈ ਨਹੀਂ ਕਰਦਾ ਕਿਉਂਕਿ ਮੈਂ ਦੋਵੇਂ ਜੋ ਕਵਤਾ ਵੀ ਲਿਖਦਾ ਤੇ ਵਾਰਤਕ ਵੀ ਲਿਖਦਾ ਮੈਂ ਉਹ ਵਿੱਚ ਬੜਾ ਰਚ ਰਚ ਕੇ ਮੈਂ ਲਿਖਦਾ ਆਪਣਾ ਸਾਰਾ ਜਿਵੇਂ ਨਾ ਲਹੂ ਚ ਨਚੋੜ ਦਿੰਦਾ ਮੇਰੇ ਲਈ ਦੋਵਾਂ ਚ ਕੋਈ ਫਰਕ ਨਹੀਂ ਹੈ ਦੂਜਾ ਮੈਂ ਤੁਹਾਨੂੰ ਦਿਲਚਸਪ ਗੱਲ ਇਹ ਦੱਸਦਾ ਹਾਂ ਕਿ ਮੈਂ ਆਪਣੀਆਂ ਕਵਤਾਵਾਂ ਦੇ ਅਨੁਵਾਦ ਕੀਤੇ ਅੰਗਰੇਜ਼ੀ ਵਿੱਚ ਆਪਣੀ ਅੰਗਰੇਜ਼ ਕਵੀ ਦੋਸਤਾਂ ਨਾਲ ਮਿਲ ਕੇ ਮਰੀ ਕਿਤਾਬ ਛਪੀ ਰਹੀ ਹੈ ਕਿਤਾਬ ਦਾ ਕੀ ਨਾਮ ਹੈ ਕਿਤਾਬ ਦਾ ਸੋਨਾਟਾ ਫਾ ਫੋਰ ਹੈਂਡਸ ਓਕੇ ਇਹਨਾਂ ਦੇ ਅੰਚੇ ਰਿਲੀਜ਼ ਹੋਣ ਵਾਲੀ ਹੈ। ਹੂੰ। ਮੈਂ ਅਜ ਤੱਕ ਆਪਣਾ ਕੋਈ ਵੀ ਲੇਖ ਅੰਗਰੇਜ਼ੀ ਚ ਅਨਵਾਦ ਨਹੀਂ ਕਰ ਸਕਿਆ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਇੱਕ ਪੰਜਾਬੀ ਦਾ ਫਿਕਰਾ ਜਿਹੜਾ ਭਾਰਤ ਕਿਚੂ ਮੈਂ ਪ੍ਰੋਇਆ ਹੋਇਆ ਉਹ ਕਵਤਾ ਨਾਲੋਂ ਵੀ ਬੜਾ ਔਖਾ ਹੈ। ਉਹਦਾ ਟ੍ਰਾਂਸਲੇਟ ਕਰਨਾ ਤੁਸੀਂ ਉਹਨਾਂ ਨੂੰ ਅਨਵਾਦ ਕਰਨਾ ਅੰਗਰੇਜ਼ੀ ਵਿੱਚ ਖਾਸ ਕਰ। ਹੂੰ ਹੂੰ ਹੂੰ। ਤਾਂ ਇਹਨਾ ਇਹਨਾ ਪੋਇਟਰੀ ਦੇ ਨੇੜੇ ਆ। ਕਮਾਂ। ਉਹ ਮੇਰੇ ਖਿਆਲ ਭਾਵਨਾ ਦੇ ਬੜਾ ਨੇੜੇ ਜਾਂ ਦਿਲ ਦਿਮਾਗ ਦੇ ਨੇੜੇ ਆ। ਜੀ। ਦਿਲ ਤੇ ਦਿਮਾਗ ਵਿੱਚ ਉਹੀ ਮੈਂ ਕੋਈ ਅੰਤਰ ਨਹੀਂ ਸਮਝਦਾ ਅਚਾ ਬ੍ਰੈਖਟ ਜਿਹੜਾ ਆਪਣਾ ਜਰਮਨ ਕਵੀ ਸੀ ਉਹ ਕਹਿੰਦਾ ਸਿੰਕ ਵਿਦ ਫੀਲਿੰਗ ਸੋਚੋ ਪਰ ਭਾਵਨਾ ਨਾਲ ਸੋਚੋ ਪਰ ਤਾਂ ਨਹੀਂ ਉਹਨੇ ਲਾਇਆ ਮੈਂ ਆਪਣੇ ਵੱਲੋਂ ਲਾ ਰਿਹਾ ਸਿੰਕ ਵਿਦ ਫੀਲਿੰਗ ਇਹ ਬੜੀ ਵੱਡੀ ਗੱਲ ਹੈ ਇੱਕ ਵੀ ਸ਼ਬਦ ਇੱਕ ਵੀ ਅੱਖਰ ਬਿਨਾ ਭਾਵਨਾ ਤੋਂ ਨਾ ਹੋਵੇ ਸੋ ਇਸ ਕਿਸਮ ਦੀ ਪਰੋਜ ਜਿਹੜੀ ਹੈ ਤੁਸੀਂ ਲਿਖਦੇ ਹੋ ਜਿਹੜੀ ਬੱਕਰੀ ਤਰ੍ਹਾਂ ਦੀ ਹਾਂ ਮੈਂ ਲਿਖਦਾ ਹਾਂ ਬੱਕਰੀ ਤਰ੍ਹਾਂ ਦੀ ਹਾਂ ਮੇਰੀਆਂ ਦੋ ਕਿਤਾਬਾਂ ਵੀ ਛਪੀਆਂ ਨੇ ਫੈਲਸਫੀਆਂ ਤੇ ਨਿਸ਼ਾਨੇ ਜੀ ਜੀ ਜਿਹੜੇ 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 ਦੂਸਰਾ ਚੰਦਰ ਸਾਹਿਬ ਜਿਹੜੇ ਜਿਹੜੇ ਬਾਕੀ ਜਿਹਦੇ ਨਾਲ ਮੈਂ ਵੀ ਸਹਿਮਤ ਹਾਂ ਕਿ ਪੰਜਾਬੀ ਕਵਿਤਾ ਨੂੰ ਤੁਸੀਂ ਗਲੋਬਲੀ ਚਿਹਰਾ ਦਿੱਤਾ ਤੁਹਾਡੀ ਕਵਿਤਾ ਦੀ ਚਰਚਾ ਬਾਹਰ ਪਹਿਲੀ ਵਾਰ ਹੈ ਕਿ ਅੰਗਰੇਜ਼ੀ ਵਿੱਚ ਹੋ ਰਹੀ ਹੈ ਅੰਗਰੇਜ਼ੀ ਵਿੱਚ ਛਪ ਰਹੀ ਹੈ ਉਥੇ ਜਿਸ ਤਰ੍ਹਾਂ ਤੁਸੀਂ ਪਿੱਛੇ ਕਿ ਉਸ ਤੁਹਾਡੀ ਕਵਤਾਂ ਨੂੰ ਪੱਥਰ ਤੇ ਅੰਕਿਤ ਕੀਤਾ ਜਾ ਰਿਹਾ ਮਤਲਬ ਉਸ ਦੀ ਕਵਤਾ ਦਾ ਬੜੀ ਵੱਖਰੀ ਤਰ੍ਹਾਂ ਨਾਲ ਉਹਦੀ ਪ੍ਰਦਰਸ਼ਨੀ ਹੋ ਰਹੀ ਹੈ ਇਹ 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 ਪੰਜਾਬੀ ਦਾ ਮਾੜਾ ਮੇਰਾ ਕਟ ਮਾੜ ਸਮਝਦਾ ਹਾਂ ਜਦੋਂ 40 ਫੁੱਟ ਲੰਮਾ ਇੱਥੋਂ ਲੈ ਕੇ ਉੱਥੋਂ ਤੱਕ ਪੱਥਰ ਤੇ ਉਹਨਾਂ ਦਾ 1 ਲੱਖ ਪਾਉਂਡ ਲੱਗਾ ਉਹ ਲਾ ਲਓ ਕਿੰਨੇ ਉਹਦੇ ਕਰੋੜ ਬਣਦੇ ਨੇ ਹਾਂ ਉਹ ਪ੍ਰੋਜੈਕਟ ਵੈਸੇ ਪਹਿਲੀ ਵਾਰ ਹੋਇਆ ਨਹੀਂ ਤਾਂ ਹਮਤੋਂ ਉੱਤੇ ਪੱਥਰ ਪੱਥਰਾਂ ਦੇ ਉੱਤੇ ਪੰਜਾਬੀ ਆਪਣਾ ਨਾਂ ਲਿਖਾਉਂਦੇ ਨੇ 1000 ਰੁਪਇਆ ਦਿੱਤਾ ਹਾਂ ਉੱਥੇ ਪੂਰਾ ਚੌਕ ਹੈ ਸ਼ਹਿਰ ਦਾ ਜੀ ਲੰਡਨ ਦੇ ਕੋਲ ਹੈ ਸਲਾਓ ਚਲੋ ਅੱਛਾ ਚਲੋ ਹਾਂ ਸਲਾਓ ਹਾਂ ਉੱਥੇ ਪੰਜਾਬੀ ਵਿੱਚ ਵੀ ਹੈ ਨਾਲੋਂ ਨਾਲ ਇਸ ਤਰ੍ਹਾਂ ਲਹਿਰ ਜਿਹੀ ਬਣਾਈ ਹੋਈ ਤੇ ਨਾਲ ਹੀ ਉਹ ਅੰਗਰੇਜ਼ੀ ਅਨਵਾਦ ਹਾਂ ਤੇ ਉਹ ਕਵਤਾ ਹੈ ਦੂਰ ਕਿਤੇ ਨਛੱਤਰ ਉੱਤੇ ਪਿਆ ਹੈ ਪੱਥਰ ਗੀਟਾ ਜੋ ਅੱਖਾਂ ਮੁੰਦ ਕੇ ਤੱਕਣਾ ਪੈਂਦਾ ਜਿਉਂ ਚੇਤੇ ਆਵੇ ਸੋਣਾ ਮੁਖ ਸਜਣਾ ਦਾ ਵਾਹ ਫਾਰ ਫਾਰ ਅਵੇ ਔਨ ਅ ਡਿਸਟੈਂਟ ਪਲੈਨਟ देयर ਲਾਈਜ਼ ਅ ਸਟੋਨ ਅਨਸੀਨ ਅਨਟਰਨਡ ਇਟ ਕੈਨ ਓਨਲੀ ਬੀ ਸੀਨ ਵਿਦ ਕਲੋਜ਼ਡ ਆਈਜ਼ ਐਸ ਯੂ ਸੀ ਯੂਰ ਲਵਡ ਵਨਸ ਰਾਈਟ ਰਾਈਟ ਤੇ ਦੂਜਾ ਇਹ ਇਹ ਬੜੇ ਫਖਰ ਵਾਲੀ ਗੱਲ ਹੈ ਮੈਂ ਗੱਲ ਮੁਕਾ ਲਾ ਜੀ 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 ਲੰਡਨ ਵਿੱਚ ਜੈਂਗਲੈਂਡ ਵਿੱਚ ਸਭ ਤੋਂ ਪਹਿਲੀ ਕਿਤਾਬ 1924 ਵਿੱਚ ਪੂਰਨ ਸਿੰਘ ਹੋਰਾਂ ਦੀ ਛਪੀ ਸੀ ਅੰਗਰੇਜ਼ੀ ਵਿੱਚ ਅੰਗਰੇਜ਼ੀ ਵਿੱਚ ਕਿਹੜੀ ਕਿਤਾਬ ਸੀ ਦ ਸਪਿਨਿੰਗ 휠 ਹੈ ਮੇਰੇ ਖਿਆਲ ਹਾਂ ਲੇਜ਼ਾਕ ਜੀ ਜੀ ਜੋ ਪੰਜਾਬੀ ਯੂਨੀਵਰਸਿਟੀ ਨੇ ਵੀ ਦੁਬਾਰਾ ਛਾਪੀ ਹਾਂ ਸਪਿਨਿੰਗ ਵੀ ਤੇ ਦੂਜਾ ਮਾਣ ਮੈਂ ਆਪਣੇ ਵੱਲੋਂ ਆਪਣੀ ਪ੍ਰਸ਼ੰਸਾ ਆਪ ਕਰ ਲਵਾਂ ਜੇ ਮੈਨੂੰ ਇਜਾਜ਼ਤ ਹੋਵੇ ਉਸ ਤੋਂ ਬਾਅਦ ਮੇਰੀ ਕਿਤਾਬ ਛਪ ਰਹੀ ਹੈ ਜਿਹੜੀ ਕਿ ਮੇਨ ਸਟ੍ਰੀਮ ਅੰਗਰੇਜ਼ੀ ਦੇ ਸਾਹਿਤਿਕ ਹਲਕਿਆਂ ਵਿੱਚ ਪ੍ਰਵਾਨ ਹੋਏਗੀ ਇਹਦਾ ਜਿਹੜਾ ਮੁੱਖ ਮੰਤਵ ਹੈ ਉਹ ਬਹੁਤ ਵੱਡੇ ਜਿਹੜਾ ਲਖਾਰੀ ਐ ਇਸ ਵੇਲੇ ਜੌਨ ਬਰਜਰ ਉਹਨੇ ਲਿਖਿਆ ਜੌਨ ਬਰਜਰ ਨੇ ਲਿਖਿਆ ਅਮਰਜੀਤ ਬਹੁਤ ਵੱਡੀ ਗੱਲ ਹੈ ਕਿ ਜੌਨ ਬਰਜਰ ਤੁਹਾਡੀ ਕਪਤਾ ਦਾ ਮੁਖਬੰਦ ਲਿਖਦਾ ਔਰ ਜਿਸ ਲੈਵਲ ਤੇ ਤੁਹਾਡੀ ਕਪਤਾ ਪਹੁੰਚ ਰਹੀ ਆਪਣੀ ਆਪ ਜਿਵੇਂ ਤੁਸੀਂ ਕਿਹਾ ਤੁਹਾਡਾ ਵੀ ਪੰਜਾਬੀਆਂ ਦੀ ਵਿਮਾਨ ਪਰ ਜਿਹੜੇ ਦਰਸ਼ਕ ਆ ਉਹਨਾਂ ਨੂੰ ਉਹ ਤੁਹਾਨੂੰ ਉਸ ਕਰਕੇ ਵੀ ਜਾਣਦੇ ਜਿਸ ਤੇ ਮੈਂ ਜ਼ਿਕਰ ਕੀਤਾ ਸ਼ੁਰੂ ਵਿੱਚ 1977 ਦੀ ਨਕਸਲਾਈਟ ਮੂਮੈਂਟ ਦੇ ਵਿੱਚ ਕਿਵੇਂ ਤੁਸੀਂ ਸ਼ੁਰੂ ਹੋ ਤੁਹਾਡੀਆਂ ਉਹ ਕਵਤਾਮਾਂ ਪੜਦੇ ਰਹੇ ਪਹਿਲੀ ਕਵਤਾ 26 ਜੇ ਤੁਸੀਂ ਪਿਛਲ ਝਾਤ ਮਾਰਦੇ ਹੋ ਉਹ ਵੇਲੇ ਤੋਂ ਜਿੱਥੇ ਹੁਣ ਤੁਸੀਂ ਹੋ ਤੇ ਕਿਦਾਂ ਲੱਗਦਾ ਉਹ ਵੇਲਾ ਤੇ ਇਹ ਵੇਲਾ ਤੁਹਾਡੀ ਕਵਿਤਾ ਦਾ ਉਹ ਸਫਰ ਤੇ ਇਹ ਸਫਰ ਵਿਚਾਰਿਕ ਤੌਰ ਤੇ ਰੂਪਪਖੋਂ ਜਾਂ ਸਾਰੇ ਪਖੋਂ ਮੇਰਾ ਨਾਮ नक्सली ਕਵੀ ਹਜ ਤਾ ਹਮੇਸ਼ਾ ਹੀ ਲਿਆ ਜਾਂਦਾ ਤੇ ਲਿਆ ਜਾਂਦਾ ਰਹੇਗਾ ਕਿਉਂਕਿ ਨਾ ਇਤਿਹਾਸ ਵਿੱਚ ਆ ਗਿਆ ਪਰ ਮੈਂ ਉਸ ਕਿਸਮ ਦੇ ਨਾਰੇਬਾਜ਼ੀ ਵਾਲੀ ਕਵਿਤਾ ਸਿਆਸੀ ਕਵਿਤਾ ਮੈਂ ਕਦੇ ਵੀ ਨਹੀਂ ਲਿਖੀ ਪਹਿਲਾਂ ਵੀ ਨਹੀਂ ਲਿਖੀ ਪਾਲਾ ਕੇ ਤਿੰਨ ਚਾਰ ਕਵਤਾਵਾਂ ਮੈਂ ਲਿਖੀਆਂ ਹੋਣਗੀਆਂ ਉਦੋਂ ਵੀ ਤੇ ਬਾਕੀ ਫਿਰ ਮੈਂ ਆਪਣਾ ਜਿਹੜਾ ਮੇਰਾ ਮੇਰਾ ਅੰਦਰਲਾ ਮਾਨੇ ਅਨਚੇਤ ਉਹਦੇ ਬਾਰੇ ਕਵਤਾ ਲਿਖਦਾ ਮੈਂ ਉਹ ਵਿਸ਼ਾਦ ਦੀ ਵੀ ਹੋ ਸਕਦੀ ਹੈ ਉਦਾਸੀ ਦੀ ਵੀ ਹੋ ਸਕਦੀ ਹੈ ਉਹ ਮੰਗਦੇ ਵੀ ਹੋ ਸਕਦੀ ਹੈ ਵਸਲ ਦੀ ਵੀ ਹੋ ਸਕਦੀ ਹੈ ਵਿਛੋੜੇ ਦੀ ਵੀ ਹੈ ਸੋ ਉਹਦਾ ਕੋਈ ਇੱਕ ਅੰਗ ਨਹੀਂ ਕੋਈ ਇਨਕਲਾਬੀ ਇੱਕ ਹੁੰਦਾ ਨੇ ਇੱਕ ਪੱਖੇ ਕੋਈ ਕਵੀ ਬਹੁਤ ਸਾਰੇ ਕਵੀ ਨੇ ਉਹਨਾਂ ਦੇ ਕੋਈ ਥੀਮ ਹੁੰਦਾ ਜ਼ਿੰਦਗੀ 'ਚ ਉਹਦੇ ਬਾਰੇ ਉਹ ਲਿਖਦੇ ਰਹਿੰਦੇ ਨੇ ساری ਜ਼ਿੰਦਗੀ ਸ਼ਾਇਦ ਇਸ ਲਈ ਤੁਸੀਂ ਕਦੇ ਟਿੱਪਣੀ ਕੀਤੀ ਸੀ ਕਿ ਮੈਂ ਸਿਆਸੀ ਜੀਵ ਨਹੀਂ ਮੈਂ ਸਹਿਤਕ ਜੀਵ ਹਾਂ ਆਪਾਂ ਦਰਸ਼ਕੂ ਇਸ ਗੱਲ ਤੋਂ ਅਗਲੀ ਗੱਲ ਇਹ ਜਿਹੜੀ ਹੋਰ ਜਵਾਲ ਪੁੱਛਾਂਗੇ ਪਰ ਫਿਲਹਾਲ ਇੱਕ ਬ੍ਰੇਕ ਲੈਨੇ ਤੇ ਬ੍ਰੇਕ ਤੋਂ ਬਾਅਦ ਚੰਦਰ ਹੋਰਣਾ ਆਪਾਂ ਗੱਲਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂ। ਦੋਸਤੋ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਕਰ ਰਹੇ ਅਮਰਜੀਤ ਚੰਦਨ ਹੋਰਾ ਦੇ ਨਾਲ। ਚੰਦਰ ਸਾਹਿਬ ਜਿਵੇਂ ਆਪਾਂ ਗੱਲ ਜਿੱਥੇ ਛੱਡੀ ਸੀ ਮੈਂ ਉਸ ਦੇ ਨਾਲ ਤੰਦ ਦੇ ਨਾਲ ਕੰਨ ਦੀ ਗੱਲ ਹਾਂ ਹਾਂ ਉਸ ਉਹ ਕਿਤਾ ਲੱਗਦਾ ਕਿ ਉਹ ਬੜੀ ਜਿਵੇਂ ਜਿਹੜੇ ਲੋਕਾਂ ਨੇ ਤੁਹਾਨੂੰ ਉਦੋਂ ਤੋਂ ਜਾਣਦੇ ਆ ਪੰਜਾਬ ਵਿੱਚ ਜਿੱਥੇ ਵੀ ਪ੍ਰੋਗਰਾਮ ਦੇਖਿਆ ਜਾਣਾ ਬਾਹਰ ਜਿੱਥੇ ਦੇਖਿਆ ਜਾਣਾ ਬਾਜ਼ਾਰ ਦੇ ਲੋਕ ਤੁਹਾਨੂੰ ਉਹ ਖਬਰਾਂ ਦੇ ਨਾਲ ਜਾਣਦੇ ਜਦੋਂ ਕਿ ਇਹਦੀ ਖਬਰ ਛਪੀ ਸੀ ਅਮਰਜੀਤ ਚੰਦਨ ਦੇ ਝੋਲੇ ਵਿੱਚੋਂ ਬੰਬ ਮਿਲਿਆ ਤੇ ਅਮਰਜੀਤ ਚੰਦਨ ਫੜਿਆ ਗਿਆ ਉਹ ਬੰਬ ਤਾਂ ਬੰਬ ਤਾਂ ਮਿਲਿਆ ਸੀ ਪਰ ਉਹ ਜ਼ਿਆਦਾ ਉਹ ਪ੍ਰਤੀਕ ਸੀ ਜਮ ਕੇਸ ਬਿੰਬ ਸੀ ਉਹ ਉਹ ਚੱਲਿਆ ਨਹੀਂ ਸੀ ਨਾ ਚਲਾਇਆ ਸੀ ਅੱਛਾ ਬੰਬ ਜ਼ਰੂਰ ਮਿਲਿਆ ਸੀ ਮੈਂ ਗੁਰシャン ਸਿੰਘ ਨਾਟਕਕਾਰ ਉਹਨਾਂ ਦੇ ਦਫ਼ਤਰ ਅਮਨਸਰ ਅਗਸਤ 1971 ਦੀ ਗੱਲ ਹੈ ਉਦੋਂ ਫੜਿਆ ਗਿਆ ਸੀ ਨਕਸਲੀ ਦਾ ਐਕਸਪੀਰੀਅੰਸੀ ਗਾਓ ਫਿਰ ਸਾਰਾ ਉਹ ਜੋ ਗੁਜ਼ਰੇ ਜੋ ਤੁਸੀਂ ਉਸ ਉਹ ਉਹ ਹੀ ਦਸਤਾ ਪਹਿਲਾਂ ਸਾਤੇ ਇੱਕ ਉਹਦਾ ਹਵਾਲਾ ਜਿਹੜਾ ਉਹ ਪੱਖ ਹੈ ਉਹ ਪਹਿਲਾਂ ਮੈਂ ਦੇ ਲਵਾਂ ਜੀ 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 ਜਿਹੜੀ ਪੰਜਾਬੀ ਸਾਹਿਤ ਵਿੱਚ ਜੋ ਜਹਾਰ ਕਵਤਾ ਵੀ ਕਹਿ ਸਕਦੇ ਮਿਲੀਟੈਂਟ ਦਾ ਮੈਂ ਉਹਦਾ ਤਰਜਮਾ ਕੀਤਾ ਸੀ ਜੋ ਜਹਾਰ ਕਵਤਾ ਉਹ ਮਿਲੀਟੈਂਟ ਦੌਰ ਵੀ ਹੈ ਨਕਸਲੀ ਕਵਤਾ ਵੀ ਕਹੀ ਜਾਂਦੀ ਹੈ ਹਮ ਮੌਵਾਦੀ ਸ਼ਬਦ ਨਹੀਂ ਇਸਤੇਮਾਲ ਕੀਤਾ ਜਾਂਦਾ ਹਮ ਉਹ ਦਸਤਾਵੇਜ਼ ਨਾਂ ਦੇ ਪਰਚੇ ਨਾਲ ਵੱਜਿਆ ਸੀ ਉਹ ਮੈਸ਼ ਸ਼ੁਰੂ ਕੀਤਾ ਸੀ ਤੁਸੀਂ ਉਹ ਸ਼ਾਪ ਦੇ ਸੋ ਹਾਂ ਉਹਦੇ ਕੁਲ 7 ਅੰਕ ਨਿਕਲੇ ਸਨ ਤੇ ਉਹਦੇ ਤੇ ਕੋਈ ਐਡੀਟਰ ਦਾ ਨਾਂ ਨਹੀਂ ਸੀ ਹੁੰਦਾ ਸਾਈਕਲੋ ਸਟਾਈਲ ਕੀਤਾ ਹੁੰਦਾ ਸੀ ਗੁਰੀਲਾ ਪਰਚਾ ਸੀ ਗੁਰੀਲਾ ਬਣਾਇਆ ਸੀ ਹਾਂ ਗੁਰੀਲਾ ਹਾਂ ਗੁਰੀਲਾ ਪਰਚਾ ਸੀ ਹਾਂ ਤੇ ਉਹਦੇ ਕਰਕੇ ਮੇਰੇ ਵਾਰੰਟ ਨਿਕਲੇ ਸੀ ਉਦੋਂ ਤੇ ਉਸ ਤੋਂ ਬਾਅਦ ਮੇਰੇ ਨਕਸ਼ੀ ਜਿਹੜੀ ਪਾਰਟੀ ਸੀ ਉਦੋਂ ਉਹਦੇ ਜਿਹੜੇ ਵੀ ਸਿਧਾਂਤਿਕ ਪਰਚੇ ਨਿਕਲਦੇ ਸਨ ਸਾਹਿਤਿਕ ਤੇ ਉਹਦਾ ਮੈਂ ਐਡੀਟਰ ਰਿਆਂ ਹਰਪਜਨ ਹਲਵਾਰਵੀ ਮੇਰੇ ਨਾਲ ਹੁੰਦਾ ਸੀ ਤੇ ਹੋ ਉਸ ਦੌਰ ਸਿ ਜਿੰਨੀਆਂ ਵੀ ਕਿਤਾਬਾਂ ਉਸ ਲਹਿਰ ਦੀਆਂ ਉਸ ਲਹਿਰ ਤੋਂ ਪ੍ਰੇਰਿਤ ਕਹਾਣੀਆਂ ਕਵਤਾਂ ਕਹਾਣੀਆਂ ਤੋਂ ਬਾਅਦ ਚ ਲਿਖੀਆਂ ਜਾਣ ਲੱਗੀਆਂ ਪਹਿਲਾਂ ਕਵਤਾ ਆਉਂਦੀ ਹੈ ਫਿਰ ਕਹਾਣੀ ਆਉਂਦੀ ਹੈ ਫਿਰ ਨਾਵਲ ਆਉਂਦਾ ਉਹ ਕਹਾਣੀ ਤੇ ਕਵਤਾ ਦਾ ਦੌਰ ਸੀ ਤੇ ਉਹ ਮੈਂ ਆਪਣੀ ਨਿਗਰਾਨੀ ਥੰਡੇ ਚਪਾਉਂਦਾ ਰਿਹਾ ਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜਦੋਂ ਮੈਂ ਫਟਿਆ ਗਿਆ ਸੀ ਉਦੋਂ ਮੈਂ ਕਿਤੇ ਬੰਬ ਨਹੀਂ ਸੀ ਸੁੱਟਣ ਗਿਆ ਉਦੋਂ ਬਾਰੇ ਆਮ ਸੰਧੂ ਦੀ ਕਿਤਾਬ ਲੋਹੇ ਦੇ ਹੱਥ ਦੇ ਫਾਈਨਲ ਪ੍ਰੂਫ ਪੜ੍ਹ ਕੇ ਦੇਣ ਗਿਆ ਸੀ ਪਰ ਇਤਫਾਕੀਆ ਤੋਂ ਝੋਲੇ ਵਿੱਚ ਅਣਚੱਲਿਆ ਤੇ ਖੋਖ ਜਿਹੜਾ ਉਹ ਬੰਬ ਜ਼ਰੂਰ ਸੀਗਾ ਬੰਬ ਤਾਂ ਸੀ ਸੀਗਾ ਹਾਂ ਉਹ ਠੀਕ ਹੈ ਲਾਈਵ ਬੰਬ ਸੀ ਹਾਂ ਅੱਛਾ ਤੈਨੂੰ ਤੂੰ ਪਿੱਛੇ ਪਿੱਛੇ ਨੂੰ ਮੈਂ ਦੇਖ ਬੰਬ ਦੇ ਪ੍ਰਤੀਕ ਨੂੰ ਹੀ ਆਪਾਂ ਗੱਲ ਲੈ ਲਈ ਜਿਹੜਾ ਸਹਿਤਿਕ ਸਹਿਤ ਇਨਕਲਾਬ ਲਈ ਕੋਈ ਬੰਬ ਦਾ ਰੋਲ ਹੁੰਦਾ ਸਹਿਤ ਦਾ ਜਿਵੇਂ ਹੁਣ ਤੁਸੀਂ ਤਾਂ ਸਾਰਾ ਪੰਜਾਬ ਦੇ ਪਰਸਪੰਦ ਦੇ ਵਿੱਚ ਸਾਰਾ ਦੇਖ ਚੁੱਕੇ ਹੋ ਉਹ ਵੇਲੇ ਤੋਂ ਲੈ ਕੇ ਹੁਣ ਤੱਕ ਦਾ ਕਹਿਆ ਜਾਂਦਾ ਹੈ ਨਾ ਕਵਤਾ ਦੇ ਜੇ ਉਸ ਵਾਲੇ ਨਾਲ ਗੱਲ ਕਰੀਏ ਜਿਹੜਾ ਸ਼ਬਦ ਜਿਹੜਾ ਉਹ ਬੰਬ ਤੋਂ ਵੀ ਖਤਰਨਾਕ ਹੁੰਦਾ ਸੋ ਉਹ ਮੈਂ ਆਪਣੇ ਝੋੜੇ 'ਚ ਸ਼ਬਦਾਂ ਦੇ ਬੰਬ ਰੱਖੇ ਹੋਏ ਸੀ ਉਹ ਗ੍ਰਨੇਡਟ ਤਾਂ ਕੋਈ ਬੜਾ ਕ੍ਰਿਊਡ ਜਾਂ ਬਿੰਬ ਹੈ ਅੱਛਾ ਉਹ ਸ਼ਬਦਾਂ ਦੇ ਬੰਬ ਮੈਂ ਜ਼ਰੂਰ ਰੱਖੇ ਸੀ ਰਾਈਟ ਰਾਈਟ ਅੱਛਾ ਤੁਹਾਡੇ ਵਿਸ਼ੇ ਦੇ ਵਿੱਚ ਮੈਂ ਜਿਵੇਂ ਤੁਸੀਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਤੁਸੀਂ ਕਿਉਂਕਿ ਮੈਂ ਆਪਣੇ ਮਨ ਦੀ ਕਵਤਾ ਲਿਖਦਾ ਮਨ ਦੀ ਕਵਤਾ ਦਿਲ ਦਿਲ ਮਨ ਮਨ ਤੇ ਦਿਲ ਮਨ ਤੇ ਦਿਲ ਚਿੱਤ ਦੇ ਚਿਤ ਦੀ ਕਪਤਾ ਲਗੀ ਚਿਤ ਵਿੱਚ ਤੁਹਾਡੀ ਉਹ ਕਵਤਾਵਾਂ ਜਿਹੜੀਆਂ ਉਹ ਪਹਿਲੀ ਤੁਹਾਡੀ ਜਿਹੜੀ ਨਕਸ ਲਾਈਟ ਮੂਵਮੈਂਟ ਵੇਲੇ ਲਹਿਰ ਬੇਲੇ ਛਪੀ ਤੇ ਹੁਣ ਦੀਆਂ ਕਵਤਾਵਾਂ ਜਿਹੜੀਆਂ ਉਸ ਤੋਂ ਬਾਅਦ ਲੰਬਾ ਇਹ ਸਾਰੀ ਯਾਤਰਾ ਲੱਗਦੀ ਕਿਦਾਂ ਹੈਗੇ ਤੁਹਾਨੂੰ ਤਨ ਹੁਣ ਉਸ ਕਿਸਮ ਦੀ ਕਪਤਾ ਜਿਹੜੀ ਮਤਲਬ ਭਾਵੇਂ ਭਾਵੇਂ ਪਰ ਉਹ ਉਹਦਾ ਸਰੂਕਾਰ ਕੁਝ ਹੋਰ ਸੀਗੇ ਇਹ ਇੰਡੀਵਿਜੂਅਲ ਦੇ ਸਰੂਕਾਰ ਹੈਗੇ ਉਹਦੇ ਸੋਸਾਇਟੀ ਦੇ ਸਰੂਕਾਰ ਸੀਗੇ ਉਹ ਵੀ ਸੰ ਸਮਾਜ ਵੇ ਸਮਾਜ ਵਿਅਕਤੀ ਤੋਂ ਬਾਹਰ ਤਾਂ ਨਹੀਂ ਹੁੰਦਾ ਨਾ ਵਿਅਕਤੀ ਤੋਂ ਬਾਹਰ ਸਮਾਜ ਹੁੰਦਾ ਤੁਹਾ ਮੈਂ ਕੋਈ ਫਰਕ ਨਹੀਂ ਕਰਦਾ ਜੇ ਵਿਅਕਤੀ ਬਾਰੇ ਕਵਤਾ ਲਿਖ ਰਹੇ ਹੋ ਸਮਾਜ ਬਾਰੇ ਲਿਖੀ ਜਾ ਰਹੀ ਹੁੰਦੀ ਗੱਲ ਬਰੀਕ ਤਾਂ ਨਹੀਂ ਬੋਤੀ ਬਰੀਕ ਨਹੀਂ ਪਰ ਉਹ ਲੋਕਾਂ ਨੂੰ ਕੁਝ ਤੁਹਾਡੀਆਂ ਕਵਤਾਾਂ ਜਿਵੇਂ ਮੈਂ ਹੁਣ ਕਿਤੇ ਦੇਖ ਰਿਹਾ ਤੁਹਾਡੀਆਂ ਪੁਰਾਣੀਆਂ ਇੰਟਰਵਿਊ ਚ ਤੁਹਾਡੀਆਂ ਕੋਈ ਐਸੀਆਂ ਕਵਤਾਾਂ ਮੈਂ ਜਿਨ੍ਹਾਂ ਦੇ ਬਾਰੇ ਜਿਹੜੀ ਜਿਹੜੂ ਉਸ ਤਰਜ਼ ਦੀ ਕਵਤਾਾਂ ਉਸ ਤਰਜ਼ ਦੇ ਤੁਹਾਡੇ ਦੋਸਤ ਰਹੇ ਨੇ ਤੁਹਾਡੇ ਪ੍ਰਸ਼ੰਸਿਕ ਰਹੇ ਨੇ ਉਹਨਾਂ ਨੂੰ ਉਹਨਾਂ ਕਵਤਾਾਂ ਬਾਰੇ ਉਜਰ ਹੈ ਕਿ ਵਿਸ਼ੇ ਦਾ ਬੁੱਧਾ ਨੀਰੇ ਹਮਤਲ ਪਰ ਉਹ 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 ਲਿਖਦੇ ਨਹੀਂ ਸੀ ਜਿਵੇਂ ਤੋਤੋ ਆ ਹਾਂ ਤੋਤੋ ਕਵਤਾ ਲਿਖੀ ਹੈ ਮੈਂ ਆਪਣੇ ਮੁੰਡੇ ਮੁੰਡੇ ਦੇ ਮੁੰਡੇ ਦੀ ਤੋਤੋ ਬਾਰੇ ਹਾਂ ਹਾਂ ਬੱਚੇ ਦੀ ਹਾਂ ਪਰ ਉਹ ਸਿੰਬਲ ਹੈ ਜਾਨੀ ਇਸ ਤਰ੍ਹਾਂ ਦੀ ਸੰਪੋਗ ਬਾਰੇ ਵੀ ਤੁਸੀਂ ਕੋ ਕਵਤਾ ਲਿਖੀ ਹੈ ਬਿਲਕੁਲ ਨਿਸ਼ਾਂਗੋ ਕੇ ਲਿਖੀ ਆ ਪਰ ਮੈਂ ਕਿਸੇ ਹੱਦ ਹੱਦ ਤੱਕ ਜਾਣਾ ਉਸ ਤੋਂ ਗਾ ਨਹੀਂ ਮੈਂ ਟੱਕਦਾ ਇਹ ਜ਼ਰੂਰ ਮੇਰੀ ਮੇਰਾ ਯਤਨ ਹੁੰਦਾ ਝੋਟੀ ਲੱਗਣ ਬਾਰੇ ਉਹ ਉਹ ਵੀ ਕਵਤਾ ਆ ਮੇਰੀ ਹਾਂ ਕਿ ਜਦੋਂ ਝੋਟੀ ਲੱਗਦੀ ਹੈ ਆਪਣੀ ਮਾਂ ਨੂੰ ਦੱਸਦੇ ਹਾਂ ਕਿ ਝੋਟੀ ਤਿੰਨ ਵਾਰੀ ਲੱਗੀ ਹਾਂ ਨਵੀਂ ਹੋ ਗਈ ਆ ਤੇ ਮਾਂ ਨੂੰ ਕਿੰਨਾ ਚਾਅ ਚੜਦਾ ਹੈ ਫੇਰ ਉਹਦੇ ਸਿੰਗਲਿਸ਼ ਕਾਣ ਲਾ ਪੈਂਦੀ ਐ ਫਿਰ ਉਹ ਨਵਾਉਂਦੀ ਐ ਫਿਰ ਨਾਲ ਸੋਚਦੀ ਐ ਕਿ ਜਦੋਂ ਸੂਈ ਸੂਏਗੀ ਫਿਰ ਫੇਰ ਘਰ ਚ ਰੌਣਕ ਲੱਗੇਗੀ ਦੁੱਧ ਦਹੀਂ ਹੋਵੇਗਾ ਦੁੱਧ ਆਏਗਾ ਲਹਿਰ ਲਹਿਰ ਹੋਏਗੀ ਰੌਣਕ ਹੋਏਗੀ ਮੈਂ ਆਪਣੇ ਪੁੱਤ ਨੂੰ ਅਧਰੜਕਾ ਪਿਆਵਾਂਗੀ ਫਿਰ ਅਸੀਂ ਸੁਲਤਾਨਪੁਰ ਜਾਵਾਂਗੇ ਬਾਬੇ ਦੀ ਬੇਰ ਸੁਲਤਾਨਪੁਰ ਲੋਧੀ ਬੋਲੀ ਚੜਾਉਣ ਜਾਂਦੇ ਹੁੰਦੇ ਸੀ ਹੁਣ ਵੀ ਜਾਂਦੇ ਹੋਣਗੇ ਹਾਂਜੀ ਜਾਂਦੇ ਜਾਂਦੇ ਉਹ ਥਾਂ ਤੇ ਤੇ ਅਖੀਰ ਵਿੱਚ ਆਉਂਦਾ ਵੀ ਮੈਂ ਵਹੀ ਵਿੱਚ ਅਸੀਂ ਮੈਂ ਤੇ ਬੀਬੀ ਇਸ਼ਨਾਨ ਕਰਾਂਗੇ ਹਾਂਜੀ ਤੇ ਕੋਈ ਨੰਗੀ ਤੀਵੀਂ ਆਪਣੇ ਵੱਲ ਝਾਕਦਾ ਤੱਕ ਕਿ ਮੈਨੂੰ ਦੁੱਧ ਦੇ ਪਾਣੀ ਵਿੱਚ ਲੁਕ ਜਾਵੇਗੀ ਤੇ ਲਹਿਰਾਂ ਵਿੱਚੋਂ ਬਾਬਾ ਜੀ ਉਬਰਣਗੇ ਤੇ ਮੈਨੂੰ ਤੱਕ ਕੇ ਮੁਸਕਾਉਣਗੇ ਇਹ ਬੇਮਬ ਤਾਂ ਮੈਂ ਸਮਝਦਾ ਬੜਾ ਬੜਾ ਚਮਤਕਾਰੀ ਬੇਮਬ ਹੈ ਕਿ 마ਸੂਮ ਬੱਚਾ 9-10 ਸਾਲ ਦਾ ਤੇ ਜੋ ਉਹਦੇ ਸਾਹਮਣੇ ਹੋ ਕੇ ਸ਼ਮਾ ਹੋ ਰਿਹਾ ਹੈ insani khoobsurti ਦਾ ਲਹਿਰਾਂ ਵਿੱਚੋਂ ਬਾਬਾ ਜੀ ਉਬਰਣਗੇ ਤੇ ਮੈਨੂੰ ਤੱਕ ਕੇ ਮੁਸਕਾਉਣਗੇ ਇਹਦੇ ਵਿੱਚ ਕੋਈ ਨੰਗੇਜ ਨਹੀਂ ਹੈ ਤੋਤੋ ਵਾਲੀ ਕਵਤਾ ਵੀ ਮੈਂ ਬੀਬੀਆਂ ਜਿੱਥੇ ਬੈਠੀਆਂ ਹੁੰਦੀਆਂ ਉੱਥੇ ਉਹਨਾਂ ਦੇ ਸਾਹਮਣੇ ਵੀ ਪੜ੍ਹੀ ਐ ਸਾਰੀਆਂ ਮਾਂਦੀਆਂ ਨੇ ਬਹੁਤ ਜਸ਼ਨ ਹੈ ਜ਼ਿੰਦਗੀ ਦਾ ਜਸ਼ਨ ਹੈ ਉਹਦੇ ਵਿੱਚ ਉਹ ਲਿੰਗਵਾਦ ਨਹੀਂ ਆ ਜਾਂ ਚੰਨ ਮੈਂ ਉਹ ਰੀਤੇ ਮੁੰਡੇ ਨਾਲ ਰੱਖੇ ਹੁੰਦੀਆਂ ਕਤਲ ਕਲਮੀ ਮਾਫ ਜੀ ਨੂੰ ਕਹਿੰਦੇ ਮੈਂ ਟੋਖਾਂ ਕਿਉਂਕਿ ਇਸ ਲਈ ਕਿ ਪੰਜਾਬੀ ਦੇ ਵਿੱਚ ਇਹ ਸਾਰਾ ਕੁਝ ਟੈਬੂ ਸੀ ਤੁਸੀਂ ਸੁਚੇਤ ਤੌਰ ਤੇ ਇਹ ਇਹ ਟੈਬੂ ਜਿਹੜੇ ਜਿਹੜੇ ਪੰਜਾਬੀ ਦੇ ਸੀ ਉਹ ਸੁਚੇਤ ਤੌਰ ਤੇ ਤੋੜ ਰਹੇ ਜਾਂ ਸੈਵਨ ਟੁੱਟ ਰਹੇ ਮੈਂ ਇੱਕ ਸੁਚੇਤ ਸਭਾ ਵਿੱਚ ਫਿਰ ਉਹੀ ਗੱਲ ਆ ਜਾਣੀ ਕੋਈ ਫਰਕ ਨਹੀਂ ਕੋਈ ਸੁਚੇਤ ਹੈ ਤਾਂ ਪ੍ਰੋਗਰਾਮ ਬਣਾ ਕੇ ਮੈਂ ਮੈਂ ਇਹ ਕਿ ਤੁਸੀਂ ਸਕੀਮ ਆ ਤੁਹਾਡੀ ਇਹ ਯੋਜਨਾ ਬਣਾਈ ਮੈਂ ਇਹਦੇ ਬਾਰੇ ਕਾਫਤਾ ਲਿਖਣੀ ਹੈ ਤੇ ਮੈਂ ਲੋਕਾਂ ਨੂੰ ਮੈਂ ਹੈਰਾਨ ਕਰਨਾ ਹੈ ਜਾਂ ਮੈਂ ਉਹਨਾਂ ਨੂੰ ਮਤਲਬ ਮੈਂ ਬਿਲਕੁਲ ਤੁਸੀਂ ਸਮਝਾ ਲਓ ਕਿ ਕਿਹਾਇਆ ਜਾ ਰਿਹਾ ਹੈ ਕਿ ਤੁਸੀਂ ਸਿਰਫ ਸਰਪ੍ਰਾਈਜ਼ ਜਾਂ ਕੋਈ ਸ਼ੌਕ ਐਲੀਮੈਂਟ ਦੇਣ ਵਾਸਤੇ ਨਹੀਂ ਕੋਤਾਨ ਮੈਂ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਨਹੀਂ ਸਮਝਦਾ ਮੈਂ ਇਸ ਤਰ੍ਹਾਂ ਕਰਦਾ ਇਹੋ ਜਿਹਾ ਮੈਂ ਕੋਈ ਯੋਜਨਾ ਨਹੀਂ ਬਣਾਉਂਦਾ ਤਰਕੀਬਾਂ ਨਹੀਂ ਬਣਾਉਂਦਾ ਵੀ ਮੈਂ ਇੰਜ ਲਿਖਾਂ ਜਾਂ ਇੰਜ ਕਰਾਂ ਜਾਂ ਇਸ ਤਰ੍ਹਾਂ ਦੀ ਗੱਲ ਜੇ ਸੋਚ ਸਮਝ ਕੇ ਕੋਈ ਗਿਣੀ ਵਿੱਚ ਹੀ ਉਸ ਤਰ੍ਹਾਂ ਗਿਣ ਮਿਥ ਕੇ ਜੇ ਕਵਤਾ ਲਿਖੀ ਜਾਵੇ ਉਹ ਕਵਤਾ ਬਣਦੀ ਨਹੀਂ ਫਿਰ ਫਿਰ ਤੋਂ ਕਵਤਾ ਰਹਿੰਦੀ ਨਹੀਂ ਇਹ ਜਿਹੜੀਆਂ ਦੋ ਕਵਤਾਂ ਦੇ ਹਵਾਲੇ ਲੈਂਦੇ ਨੇ ਵਿੱਚ ਬਹੁਤ ਸਾਰੇ ਲੋਕ ਐਦਾਂ ਕਰਦੇ ਆ ਕਰਦੇ ਨੇ ਕਰਦੇ ਆਏ ਨੇ ਕਰਦੇ ਰਹਿਣ ਕਿ ਹਰ ਬੋਲੀ 'ਚ ਇਸ ਤਰ੍ਹਾਂ ਹੁੰਦਾ ਹੈ ਸਿਰ ਪੰਜਾਬੀ 'ਚ ਨਹੀਂ ਹਰ ਬੋਲੀ 'ਚ ਹੁੰਦਾ ਹੈ ਇਸ ਤਰ੍ਹਾਂ ਇਹ ਚੱਕ ਅ ਦਰਸ਼ਕੋ ਅਮਰਜੀਤ ਚੰਦਨ ਹੋਰਣਾ ਬੜੀਆਂ ਦਿਲਚਸਪ ਗੱਲਾਂ ਹੋ ਰਹੀਆਂ ਨੇ ਪੰਜਾਬੀ ਕਵਤਾ ਦੇ ਬਾਰੇ ਪੰਜਾਬੀ ਸਹਿਤਿਕ ਜਗਤ ਦੇ ਬਾਰੇ ਅੱਪ ਗੱਲਾਂ ਜਾਰੀ ਰੱਖਾਂਗੇ ਇੱਕ ਬ੍ਰੇਕ ਤੋਂ ਬਾਅਦ ਦਰਸ਼ਕੋ ਜੱਪਾ ਗੱਲਾਂ ਕਰ ਰਹੇ ਆ ਅਮਰਜੀਤ ਚੰਦਨ ਹੋਰਾਂ ਦੇ ਨਾਲ ਚੰਨ ਜੀ ਸਾਹਿਬ ਤੁਹਾਡੀ ਬਾਰੇ ਜਿਹੜੀ ਕਪਤਾ ਦਾ ਤੁਹਾਡੀ ਸਿਰਜਣਾ ਦਾ ਸਫਰ ਆ ਉਹਦੇ ਬਾਰੇ ਕਿਹਾ ਜਾਂਦਾ ਕਿ ਬਹੁਤ ਲੰਬਾ ਚਿਰ ਤੁਸੀਂ ਖਮੋਸ਼ ਰਹੇ ਜ ਬਹੁਤ ਘੱਟ ਲਿਖਦੇ ਰਹੇ ਜਦੋਂ ਪਿਛਲੇ ਡੇਢ ਦਹਾਕਾ ਪਹਿਲਾਂ ਤੁਹਾਨੂੰ ਕਪਤਾ ਦਾ ਬੇਸ਼ੁਮਾਰ ਜਿਹੜਾ ਫੁਆਰਾ ਫਟਿਆ ਉਸ ਬਾਅਦ ਧੜਾ ਧੜ ਤੁਹਾਡੀ ਕਿਤਾਬਾਂ ਆਈਆਂ ਇਹ ਕੀ ਕਾਰਨ ਕੀ ਇਹਦਾ ਇਹਦਾ ਮੂਲ ਕਾਰਨ ਕੀ ਸਮਝੋ ਬਾਹਰ ਜਾਣਾ ਬਾਹਰ ਪ੍ਰਦੇਸ਼ ਵੀ ਵੱਡਾ ਕਾਰਨ ਹੈ ਬਾਕੀ ਮੇਰਾ ਬੜਾ ਨਿੱਜੀ ਕਾਰਨ ਵੀ ਹੈ ਮੇਰਾ ਕਿਸੇ ਔਰਤ ਨਾਲ ਜਨ ਕਿੰਦੇ ਇਸ਼ਕ 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 ਤੋਂ ਵੀ ਜ਼ੰਗਣਾ ਹਾਂ ਇਸ਼ਕ ਹਾਂ ਜ਼ੰਗਣਾ ਇਸ਼ਕ ਮੈਂ ਲਵ ਸੋਚਣਾ ਹੈ ਇਸ਼ਕ ਬੜਾ ਬੜਾ ਸਸਤਾ ਜਿਹਾ ਸ਼ਬਦ ਹੈ ਤੇ ਮੇਰੇ ਖਿਆਲ ਹਾਂ ਉਹ ਵੀ ਉਹ ਵੀ ਕਾਰਨ ਸੀ ਮੇਰੇ ਖਿਆਲ ਉਹ ਉਸ ਤੋਂ ਵੀ ਵੱਡਾ ਕਾਰਨ ਪਰਦੇਸ ਤੋਂ ਵੀ ਵੱਡਾ ਕਾਰਨ ਪ੍ਰੇਮ ਹੈ ਪ੍ਰੇਮ ਹੈ ਹਾਂ ਜੀ ਪਰਦੇਸ ਤੇ ਪ੍ਰੇਮ ਦੋ ਪਪੇ ਜੀ ਜੀ ਇਸ ਕਪਤਾਨ ਨੂੰ ਜਿਸ ਤਰ੍ਹਾਂ ਪਿਛਲੇ ਦਿਨੀ ਕਿਹਾ ਕਿ ਤੁਹਾਡੀ ਮੈਨੂੰ ਪਤਾ ਲੱਗੇ ਪਿਛਲੇ ਦਿਨੀ ਤੁਹਾਨੂੰ ਇਹ ਜਿਹੜਾ 2.5 ਲੱਖ ਰੁਪਏ ਦਾ ਨਾਮਵੀਂ ਪੁਰਸਕਾਰ ਵੀ ਮਿਲਿਆ ਹੈ ਅਨਾਦ ਪੁਰਸਕਾਰ ਜਿਹੜਾ ਇਸ ਤੋਂ ਪਹਿਲਾਂ ਪਾਤਰ ਨੂੰ ਮਿਲਿਆ ਉਸ ਤੋਂ ਪਹਿਲਾਂ ਵੀ ਤੁਹਾਨੂੰ ਪੰਜਾਬ ਦਾ ਭਾਸ਼ਾ ਭਾਗ ਦਾ ਪੁਰਸਕਾਰ ਵੀ ਮਿਲਿਆ ਹਫ਼ਤਾ ਦੇ ਬਾਰੇ ਇਹ ਪੁਰਸਕਾਰਾਂ ਨੂੰ ਦੇਖ ਕੇ ਤੁਹਾਡੀ ਸਿਰਜਣਾ ਤੇ ਉੱਤੇ ਕੀ ਅਸਰ ਪੈਂਦਾ ਚੰਗਾ ਮਾੜਾ ਜਾਂ ਤੁਸੀਂ ਇਹਨਾਂ ਤੋਂ ਬੇਲਾਗ ਹੋ ਬਿਲਕੁਲ ਬੇਲਾਗ ਹਾਂ ਮੈਂ ਕਦੇ ਕੋਈ ਯਤਨ ਨਹੀਂ ਕੀਤਾ ਅਜੇ ਤੱਕ ਨਾ ਮੈਂ ਕਦੇ ਕਰਾਂਗਾ ਇਨਾਮ ਲੈਣ ਲਈ ਤੁਹਾਨੂੰ ਪਤਾ ਹੈ ਤੁਸੀਂ ਆਪ ਵੀ ਇਨਾਮ ਲੋਕਾਂ ਨੂੰ ਦਿੰਦੇ ਰਹੇ ਆ ਲੋਕ ਕਿਵੇਂ ਤਰਲੇ ਹਾੜੇ ਕਰਦੇ ਨੇ ਕਿਵੇਂ ਸਫਾਰਸ਼ਾ ਪਾਉਂਦੇ ਸਿਆਸਤਦਾਨਾਂ ਦੀਆਂ ਹਾਂਜੀ ਮੁੱਖ ਮੰਤਰੀਆਂ ਤੱਕ ਜਾਂਦੇ ਨੇ ਤੇ ਉਹਨਾਂ ਜੀ ਉਹ ਉਸ ਕਿਸਮ ਦਾ ਮੈਂ ਕਦੇ ਵੀ ਨਹੀਂ ਕਰਨਾ ਦਾ ਨਾਂ ਕਦੇ ਕੀਤਾ ਤੇ ਪ੍ਰਿੰਪ੍ਰਕਾਸ਼ ਹੱਸਦਾ ਹੁੰਦਾ ਵੀ ਤਿੰਨ ਤੱਕ ਘਰੇ ਬੈਠੇ ਨੂੰ ਲੋਕੀ ਆ ਕੇ ਨਾਮ ਦੇ ਹੀ ਜਾਂਦੇ ਆ ਤੂੰ ਇਨਾਮ ਤੁਹਾਡੇ ਮਤਲਬ ਮਿਲਣਾ ਚਾਹੀ ਤੇ ਐਂ ਮਿਲਣਾ ਚਾਹੀਦਾ ਮਾਨਤਾ ਹੈ ਚੰਗੀ ਲੱਗਦੀ ਆ ਉਹ ਹਾਂ ਕਿ ਕੋਈ ਗੱਲ ਪਹੁੰਚੀ ਆ ਹਾਂ ਪਹੁੰਚੀ ਦੀ ਮਾਨਤਾ ਦੀ ਆ ਬਸ ਇੰਨੀ ਕਹੇ ਪਹੁੰਚੀ ਤਾਂ ਪਹਿਲਾਂ ਹੀ ਹੁੰਦੀ ਆ ਜਦੋਂ ਛਪ ਜਾਂਦੀ ਆ ਰਚਨਾ ਇਨਾਮ ਆਪਣਾ ਮਿਲਣ ਤੋਂ ਪਹਿਲਾਂ ਵੀ ਪਾਠਕਾਂ ਨੇ ਪੜ੍ਹੀ ਆ ਮਾਣੀ ਹੋਏਗੀ ਦੇ ਕਿਉਂਕਿ ਪ੍ਰੋਗਰਾਮ ਦਾ ਸੀਮਤ ਸਮਾਂ ਹੈ ਨਾ ਇੱਕ ਹੋਰ ਇੰਪੋਰਟੈਂਟ ਵਿਸ਼ਾ ਜੀ ਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਤੁਹਾਡੀਆਂ ਕਪਤਾਵਾਂ ਦੇ ਵਿੱਚ ਜਿਹੜੀਆਂ ਬਾਹਰ ਗਈਆਂ ਕਪਤਾਵਾਂ ਇਸ਼ਕ ਪ੍ਰੇਮ ਇਹ ਸਾਰਾ ਕੁਝ ਹੈ ਪਰ ਹਵਾਲਾ ਪੰਜਾਬ ਹੈ ਪੰਜਾਬ ਦੇ ਪਿੰਡ ਪੰਜਾਬ ਦਾ ਰਹਿਤਲ ਜਿਹੜਾ ਵੀ ਹੈ ਉਹ ਸਭ ਵਿੱਚ ਉਹ ਸਾਰੇ ਕਸਦਾ ਤੁਸੀਂ ਪੰਜਾਬ ਨਾਲ ਇੰਨੇ ਜੁੜੇ ਹੋ ਪੰਜਾਬ ਤਾਂ ਇਹਨੂੰ ਵਾਰ-ਵਾਰ ਚੇਤੇ ਉਹਦਾ ਹੀ ਕਾਰਨ ਪਰਦੇਸ ਹੀ ਹੈ ਪਰਦੇਸ ਹੈ ਕਿਉਂਕਿ ਉੱਥੇ ਇੰਨੀ ਇਕੱਲ ਇੰਨੀ ਹੈ ਤਨਹਾਈ ਇਕੱਲ ਹੂੰ ਉਹ ਉਹਦੇ ਵਿੱਚ ਮੇਰਾ ਜਿਹੜਾ ਆਖਰੀ ਆਸਰਾ ਹੈ ਉਹ ਮੇਰੀ ਆਪਣੀ ਬੋਲੀ ਹੈ ਮੇਰੀਆਂ ਆਪਣੀਆਂ ਯਾਦਾਂ ਹਨ ਮੈਂ ਪਿੱਛੇ ਤੋਂ ਪਿੱਛੇ ਮੈਂ ਜਦ ਕੋਈ ਲੇਖ ਲਿਖਾਂ ਕੋਈ ਮੈਂ ਫਿਕਰਾ ਲਿਖਦਾ ਹਾਂ ਤੇ ਮੈਂ ਸੋਚਦਾ ਜੇ ਤਿੰਨ ਸਦੀਆਂ ਪਹਿਲਾਂ ਚਾਰ ਸਦੀਆਂ ਪਹਿਲਾਂ ਜੇ ਇਹ ਹੀ ਗੱਲ ਕਿਸੇ ਨੇ ਦੱਸੀ ਕਹਿਣੀ ਇਹ ਇਹ ਕਹੀ ਹੁੰਦੀ ਰ ਕਿਸ ਤਰ੍ਹਾਂ ਕਿਹਾ ਜਾਂਦਾ ਤੇ ਉਹ ਫਿਰ ਮੈਂ ਥੋੜਾ ਜਿਹਾ ਬਦਲ ਦਿੰਦਾ ਕਿਉਂਕਿ ਅੰਗਰੇਜ਼ੀ ਦਾ ਬਹੁਤ ਸਾਡਾ ਸਾਡੀ ਬੋਲੀ ਦਾ ਅਸਰ ਪੈ ਚੁੱਕਾ ਸਾਡਾ ਵਾਕ ਬੰਤਰੀ ਬਦਲ ਗਈ ਬੰਤਰੀ ਉਹਦੇ ਮੁਤਾਬਕ ਅਸੀਂ ਕਰਦੇ ਸਾਡਾ ਸੋਚਣ ਦਾ ਤਰੀਕਾ ਵੀ ਅਸੀਂ ਸੋਚਦੇ ਹਾਂ ਕਿਉਂਕਿ ਸਾਡੀ ਪੜ੍ਹਾਈ ਸਾਰੀ ਅੰਗਰੇਜ਼ੀ ਸੋਚਦੇ ਹਾਂ ਅਸੀਂ ਅੰਗਰੇਜ਼ੀ 'ਚ ਲਿਖਦੇ ਹਾਂ ਉਹਨੂੰ ਪੰਜਾਬੀ 'ਚ ਤੇ ਉਹਦਾ ਸਭ ਤੋਂ ਜਿਹੜਾ ਕੋਝਾ ਉਹਦਾ ਹੈਗਾ ਪ੍ਰਤੀਬਿੰਬ ਉਹ ਸਾਡੀਆਂ ਅਖਬਾਰਾਂ 'ਚ ਨਜ਼ਰ ਆਉਂਦਾ ਹੈ ਹਮ ਕਿਸ ਤਰ੍ਹਾਂ ਉਸ ਇਸ ਉਹ ਮੈਂ ਲੇਖ ਲਿਖਿਆ ਸੀ ਪੰਜਾਬੀ ਦਾ ਸਤਿਆਨਾਸ਼ ਉਹ ਮੈਂ ਉਹਦੇ ਵਿੱਚ ਚਾਰ ਪੰਜ ਵੱਡੀਆਂ ਗੱਲਾਂ ਨੇ ਸਾਡੀ ਪੰਜਾਬੀ ਦੀ ਵਿਚਾਰ ਕਰਨ ਬਦਲ ਚੁੱਕੀ ਹੈ ਹਮ ਹੁਣ ਇਹ ਹੈ ਨਾ ਉਹ ਆਪਣਾ ਸਿੱਧੂ ਦਮਦ ਲਈ ਵੱਲੋਂ ਲਿਖੀ ਕਿਤਾਬ ਮੈਂ ਮਿਸਾਲ ਦੇ ਤੌਰ ਤੇ ਹਾਂ ਤੇ ਤੂੰ ਦਮਦਮੀ ਦੀ ਕਿਤਾਬ ਕਿਉਂ ਨਹੀਂ ਬੋਲੋ ਬੋਲੋ ਤਾਂ ਹੈ ਹੀ ਬੋਲੋ ਉਹ ਬਾਈ ਦਾ ਤਰਜਮਾ ਕਰਦੇ ਆ ਨਾ ਹਾਂ ਯੈਸ ਯੇ ਉਹ ਗਲਤ ਨਾ ਬਿਲਕੁਲ ਗਲਤ ਛੋਟੇ ਜਿਹੇ ਮਸਾਲ ਹਾਂ ਠੀਕ ਹੈ ਤੁਸੀਂ ਲਿਖਿਆ ਸੀ ਉਹ ਮੈਨੂੰ ਜਿਆਦਾ ਗਿਆ ਘੋਟਾ ਤੁਹਾਡੇ ਅੱਜ ਮੈਂ ਇੱਕ ਹੋਰ ਇਸ ਤੋਂ ਵੱਡੇ ਪ੍ਰਸੰਗ ਵਿੱਚ ਕਿ ਪੰਜਾਬ ਤੁਹਾਨੂੰ ਇੰਨਾ ਯਾਦ ਆਉਂਦਾ ਇਸ ਵੇਲੇ ਪੰਜਾਬ ਜਿਹੜਾ ਕਿਹਾ ਜਾਂਦਾ ਜੇ ਰਫਲੀ ਦੇਖਿਆ ਜਾਏ ਪੰਜਾਬ ਬਿਮਾਰ ਹੈ ਬਹੁਤ ਬੁਰੀ ਤਰ੍ਹਾਂ ਨਾਲ ਬਿਮਾਰ ਹੈ ਔਰ ਉਹ ਉਹਦੇ ਬਾਰੇ ਬੜੀਆਂ-ਬੜੀਆਂ ਪਛੇਣ ਵਈਆਂ ਹੋਣ ਰਹੀਆਂ ਕਿ ਜਿਵੇਂ ਪਿਛਲ ਪਰਸੋਂ ਰਿਪੋਰਟ ਸ਼ਪੀ ਕਿ ਪੰਜਾਬ ਦਾ ਪਾਣੀ ਨਹੀਂ ਮਿਲੇਗਾ ਬਰਾਨੀ ਹੋ ਜਾਏਗਾ ਪੰਜਾਬ ਦੇ ਲੋਕ ਨਸ਼ਿਆਂ ਚ ਡੁੱਬ ਗਏ ਇਹ ਹੋ ਗਿਆ ਤੇ ਸਾਰਾ ਕੁਝ ਪੰਜਾਬ ਬਿਮਾਰ ਤੁਹਾਨੂੰ ਉਧਰ ਨਜ਼ਰ ਹੁੰਦਾ ਉਹੀ ਪੰਜਾਬ ਜਿਹੜਾ ਮੈਂ ਪਿਆਰ ਕਰਦੇ ਹੋ ਹਾਂ ਜਿਹੜਾ ਮੈਂ ਛੱਡ ਕੇ ਗਿਆ ਸੀ ਪੰਜਾਬ ਮੇਰੇ ਜ਼ਿਹਨ ਚ ਉਥੇ ਉਹੀ ਹੁੰਦਾ ਹੈ ਉਹ ਫ੍ਰੀਜ਼ ਹੈ ਹਾਂ ਫ੍ਰੀਜ਼ ਕਹ ਲਓ ਉਹ ਮਤਲਬ ਉਥੇ ਉਹ ਵਸਿਆ ਹੋਇਆ ਹੈ ਮੇਰੇ ਚੇਤੇ ਵਿੱਚ ਜਦੋਂ ਮੈਂ ਇੱਥੇ ਆਉਂਦਾ ਮੈਂ ਇੱਥੇ ਮੇਰਾ ਦਿਲ ਨਹੀਂ ਲੱਗਦਾ ਮੈਂ ਸੱਚੀ ਦਿਲ ਦੀ ਗੱਲ ਕਰ ਰਿਹਾ ਮੈਂ ਨਸਣਾ ਚਾਹੁੰਦਾ ਵੀ ਮੈਂ ਨਸ ਜਾਵਾਂ ਹਣ ਤਾਂ ਪੰਜਾਬ ਜੀ ਦੇ ਰਾਹ ਮੈਂ ਨਿਕਿਆ ਪਿਆ ਇਸ ਕਿਤੇ ਕਿਹਾ ਹੈ ਤੁਹਾਡੀ ਟਿੱਪਣੀ ਸੀ ਮੈਂ ਪੰਜਾਬ ਮੁੜ ਕੇ ਨਹੀਂ ਆਣਾ ਚਾਹਉਂ ਮੈਂ ਮੈਂ ਜਦੋਂ ਵੀ ਜਾਂਦਾ ਵੀ ਮੈਂ ਫਿਰ ਵਾਹਿਗੁਰੂ ਦੇ ਅਰਦਾਸ ਕਰਦਾ ਵੀ ਮੈਨੂੰ ਮੁੜ ਕੇ ਨਾ ਆਣਾ ਪਵੇ ਨਾ ਮੁੜ ਕੇ ਲਿਆਈ ਨਾ ਮੈਨੂੰ ਇੱਥੇ ਪਰ ਵਾਹਿਗੁਰੂ ਹਰ ਹਰ ਅਰਦਾਸ ਨਹੀਂ ਨਾ ਸੁਣਦਾ ਪਰ ਕਿਉਂ ਕਿਉਂ ਤੁਸੀਂ ਇਹ ਜਿਹੜਾ ਪੰਜਾਬ ਜੀ ਦੇ ਬਾਰੇ ਤੁਹਾਨੂੰ ਇੰਨਾ ਪਿਆਰ ਹੋ ਬਦਲਣਾ ਤਾਂ ਬਦਲਣਾ ਨਹੀਂ ਨਹੀਂ ਨੈਚੁਰਲ ਹੈ ਚੰਨਨ ਮਤਲਬ ਬਦਲਦਾ ਹੈ ਪਰ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਤੁਹਾਨੂੰ ਕਹਿੰਦੇ ਚਿੰਤਨ ਦੇ ਤੌਰ ਤੇ ਇਹਦੀ ਚਿੰਤਕ ਦੇ ਤੌਰ ਤੇ ਤੁਸੀਂ ਇਸ ਵੇਲੇ ਪੰਜਾਬ ਜੋ ਭੁਗਤ ਰਹੇ ਹੋ ਜਿੱਥੇ ਗੁਜ਼ਰ ਰਿਹਾ ਉਹਦੀ ਚਿੰਤਕ ਦੇ ਤੌਰ ਤੇ ਇਹਦੇ ਲਈ ਜਿ ਸੰਖੇਪ ਵਿੱਚ ਕੁਝ ਤੁਹਾਡੇ ਦਿਮਾਗ ਵਿੱਚ ਆਉਂਦਾ ਕੀ ਹੈ ਕਿ ਕਿੱਧਰ ਜਾਏਗਾ ਤੇ ਚਿੰਤਕਾਂ ਦਾ ਕੀ ਰੋਲ ਹੈ ਚਿੰਤਕ ਜਿੰਨੇ ਵੀ ਮੇਰੇ ਸਾਰੇ ਦੋਸਤ ਨੇ ਆਪਣੇ ਜਾਣੇ ਪਛਾਣੇ ਨੇ ਤੇ ਤੁਹਾਡੇ ਵੀ ਨੇ ਮੇਰੇ ਵੀ ਸਾਂਝੇ ਦੋਸਤ ਨੇ ਸਾਰੇ ਉਹਨਾਂ ਨੂੰ ਕਿਸੇ ਨੂੰ ਚਿੰਤਾ ਹੀ ਨਹੀਂ ਚਿੰਤਾ ਨਹੀਂ ਬਿਲਕੁਲ ਨਹੀਂ ਪੰਜਾਬ ਦਾ ਧੂਆਂ ਨਿਕਲਿਆ ਆ ਹਾਂ ਖੇਤਾਂ 'ਚ ਜਿਹੜੀ ਅੱਗ ਲੱਗੀ ਐ ਇੱਕ ਤਾਂ ਉਹ ਤੂੰ ਆਇਆ ਨਾ ਪਰਾਲੀ ਨੂੰ ਅੱਗ ਲਾਈ ਐ ਅਸਲੀ ਤੂੰ ਆਇਆ ਐ ਅਸਲੀ ਤੂੰ ਆਇਆ ਜਿਹੜਾ ਜਿਹੜਾ ਖਾਤਮੇ ਦਾ ਤੂੰ ਆ ਲੈਂਡਸਕੇਪ ਜਿਹੜਾ ਹਨਾ ਉਹ ਸਾਰਾ ਬਦਲ ਗਿਆ ਹੂੰ ਕੋਝਾ ਹੋ ਗਿਆ ਮੈਂ ਉਸ ਪੱਖ ਵੱਲੋਂ ਗੱਲ ਕਰ ਰਿਹਾ ਬਦਲ ਤਬਦੀਲੀ ਹੈ ਕੁਦਰਤ ਦਾ ਸੂਲ ਹੈ ਬਦਲਣਾ ਪਰ ਜਿਹੜੀ ਤਬਦੀਲੀ ਆ ਰਹੀ ਐ ਇਹ ਚੰਗੇ ਪਾਸੇ ਵੱਲ ਨਹੀਂ ਐ ਇਹ ਪੁੱਠੇ ਪਾਸੇ ਵੱਲ ਜਾ ਰਹੀ ਕੋਝ ਕੋਝ ਜਿਹੜਾ ਨਾ ਸੋਜ ਖਤਮ ਹੋ ਰਿਹਾ तकरीबन ਖਤਮ ਹੋ ਹੀ ਗਿਆ ਸਮਝੋ ਇਸ ਨੂੰ ਬਚਾਉਣ ਦਾ ਕੀ ਹੋ ਸਕਦਾ ਹੈ ਤੁਸੀਂ ਜਿਹੜੇ ਕੋ ਬਚਾਉਣ ਦਾ ਮੈਂ ਇਸ ਲਈ ਪੁੱਛ ਰਿਹਾ ਕਿ ਬਾਹਰ ਵੀ ਲੋਕਾਂ ਨੇ ਦੇਖਣਾ ਜਿਨ੍ਹਾਂ ਨੂੰ ਬਹੁਤ ਬਾਹਰ ਬੈਠੇ ਬੰਦੇ ਨੂੰ ਤੁਹਾਡੇ ਵਾਂਗੂ ਜ਼ਿਆਦਾ ਚਿੰਤਾ ਰਹਿੰਦੀ ਹੈ ਨੋਸਟੈਲਜੀਆ ਵੀ ਰਹਿੰਦਾ ਹੈ ਮੈਂ ਤਾਂ ਉਹ ਉਹ ਬੰਦਿਆਂ ਦਾ ਵੀ ਕੋਲ ਰੋਲ ਬੰਦ ਹੈ ਇਸ ਵੇਲੇ ਪੰਜਾਬ ਜਿਸ ਹਾਲ ਚੋਂ ਗੁਜ਼ਰ ਰਿਹਾ ਹੈ ਸਰਕਾਰ ਪੋਲਿਟਿਸ਼ੀਅਨਾਂ ਦਾ ਜਿਹੜਾ ਰੋਲ ਆ ਉਹ जगਜਾਹ ਰ ਸਾਰਿਆਂ ਨੂੰ ਪਤਾ ਕਿ ਉਹਨਾਂ ਦਾ ਰੋਲ ਕੀ ਹੈ ਜਿਹ ਬਾਹਰ ਬੈਠੇ ਲੋਕ ਜਿਹੜੇ ਆ ਹੁਣ ਸਾਰਾ ਦੁਆਬਾ ਖਾਸ ਕਰਕੇ ਉਹ ਜਿਹੜੇ ਬਾਹਰ ਜਨ ਉਹ ਇੱਥੇ ਬੜਾ ਕੋਝਾ ਸ਼ਬਦ ਨਰਾਈ ਐਨ ਆਰ ਆਈ ਜਿਹੜਾ ਉਹ ਮੈਨੂੰ ਬੜਾ ਪਿਆੜਾ ਲੱਗਦਾ ਜਿਹੜੇ ਪਰਦੇਸੀ ਪੰਜਾਬੀ ਕਹਿੰਦੇ ਪਰਵਾਸੀ ਜਿੰਨੂੰ ਉਹ ਜਿੰਨਾ ਕਰ ਸਕਦੇ ਆ ਕਰੇ ਨੇ ਉਹਨਾਂ ਨੇ ਸਾਰੀਆਂ ਖਰਾਇਤੇ ਸੰਸਥਾਵਾਂ ਹਸਪਤਾਲ ਵਗੈਰਾ ਸਕੂਲ ਖੋਲੇ ਨੇ ਸੜਕਾਂ ਤੱਕ ਬਣਾਈਆਂ ਨੇ ਉਹ ਚੰਗਾ ਹੈ ਇਹ ਕੱਲ ਜਿਹੜੀ ਬਾਹਰ ਬੈਠੇ ਪਰਦੇਸੀ ਕਰ ਸਕਦੇ ਆ ਆਪਣੇ ਹਰ ਪਿੰਡ ਦਾ ਉਹਨਾਂ ਨਿਕਾ ਨਿਕਾ ਨਿਕਨੇ ਕੇ ਅਜਾਬ ਕਰ ਬਣਾਉਣ ਫ ਯਾਹ ਦਾ ਨਿਸ਼ਾਨੀਆਂ ਸਾਂਭੀਆਂ ਜਾਂ ਇਹ ਅਗਲਾ ਪੜਾਅ ਹੈ ਮੈਂ ਸਮਝਦਾ ਜਿਹੜਾ ਹੋਣਾ ਚਾਹੀਦਾ ਹੈ ਜਿਹੜਾ ਹੋ ਨਹੀਂ ਰਿਹਾ ਹਮ 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 ਹਰ ਪਿੰਡ ਚ ਅਜਾਬ ਘਰ ਬਣਾਉਣਾ 1 ਏਕੜ ਜਗ੍ਹਾ ਚ ਦਾ ਪੰਜ ਮਰ ਲਿਆ ਸੀ ਕੋਈ ਵੱਡੀ ਗੱਲ ਨਹੀਂ ਆ ਉਹਨਾਂ ਦੀ ਪਹੁੰਚ ਦੇ ਕੋਈ ਉਹਨਾਂ ਲਈ ਵੱਡੀ ਗੱਲ ਉਹ ਕਬੱਡੀ ਦੇ ਮੈਚ ਕਰਾਉਂਦੇ ਜਿੱਥੇ ਆਪ ਰਹਿੰਦੇ ਨੇ ਉਹਨਾਂ ਉਹਨਾਂ ਸ਼ਹਿਰਾਂ 'ਚ ਵੀ ਹਰਥਾਂ ਦਾ ਜਾਇਬਕਾਰ ਬਣਿਆ ਹੋਇਆ ਹੈ ਉਥੇ ਜਿੱਥੇ ਪਿੰਡ ਉਜੜੇ ਨੇ ਹਰ ਪਿੰਡ ਹਰ ਸ਼ਹਿਰ ਦਾ ਜਾਇਬਕਾਰ ਹੈ ਜਾਇਬਕਾਰ ਹੈ ਇਸੇ ਤਰ੍ਹਾਂ ਇੱਥੇ ਵੀ ਬਣਨਾ ਚਾਹੀਦਾ ਹੈ ਅੱਛਾ ਜਿਹੜੇ 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 ਪੰਜਾਬ ਦੇ ਜੋ ਸੰਬੰਧ ਕਰਦੇ ਤੁਹਾਡਾ ਪੰਜਾਬ ਅਮਰਜੀਤ ਚੰਦਨ ਦਾ ਪੰਜਾਬ ਜਿਹੜਾ ਉਹ ਇਸ ਇਸ ਪੰਜਾਬ ਤੋਂ ਵੱਡਾ ਪੰਜਾਬ ਦੀ ਗੱਲ ਕਰਦਾ ਉਹਦੇ ਵਿੱਚ ਉਹ ਵੀ ਜਾਇਬਕਾਰ ਵੀ ਤੁਸੀਂ ਪੰਜਾਬ ਮੇਰਾ ਤਾਂ ਪੰਜਾਬ ਮੈਂ ਬਾਅਦ ਵਿੱਚ ਸੁਣਾਦਾ ਗਿਆ ਹਾਂ ਜੋ ਆਪਣਾ ਪੜ੍ਹਨੀ ਹੈ ਪੰਜਾਬ ਮੇਰਾ ਅਣਹੱਦ ਹੈ ਇਸ ਵਿੱਚ ਇਹਦੇ ਚ ਪੰਜ ਦਰਿਆ ਨਹੀਂ ਵਹਿੰਦੇ ਕਵਤਾਂ ਚਲਦੀਆਂ ਪਈਆਂ ਤੇ ਸਾਰੇ ਦਰਿਆ ਵਹਿੰਦੇ ਨੇ ਪੰਜਾਬੀ ਜਿੱਥੇ ਵੀ ਵੱਸਦਾ ਉਹੀ ਪੰਜਾਬ ਹੈ ਮੈਂ ਤਾਂ ਜਿੱਥੇ ਵੱਸਦਾ ਉਹ ਆਪਣਾ ਜਿਹੜੇ ਆਪਾਂ ਉਂਝ ਮੈਂ ਕਹਿੰਦੇ ਪੰਜਾਬ ਉਹ ਹੈ ਤੇ ਪੰਜਾਬ ਸਰਦ ਤੋਂ ਉਸ ਪਾਸੇ ਦਾ ਉਹਦੇ ਨੇ ਪਾਸੇ ਦਾ ਦੋਮਾ ਪੰਜਾਬਾਂ ਦੀ ਹਾਲਤ ਇੱਕੋ ਜਿਹੀ ਹੈਗੀ ਹੈ ਮਤਲਬ ਜਿਹੜੇ ਮੈਂ ਜਿੱਦ ਨੂੰ ਇਹ ਬਿਮਾਰੀ ਕੀ ਉਹ ਜਿਆਦਾ ਬਿਮਾਰ ਹੈ ਮੈਂ ਦੱਸਦਾ ਹਾਂ ਉੱਥੇ ਜਿਆਦਾ ਬਿਮਾਰ ਹੈ ਉਧਰਲਾ ਪੰਜਾਬ ਹਲੇ ਥੋੜਾ ਜਿਹਾ ਬਚਿਆ ਹੈ ਉੱਥੇ ਵਾਲੇ ਕੋਠਿਆਂ ਤੇ ਉਹ ਜਿਹੜੇ ਆ ਨਾ ਫੁੱਟਬਾਲ ਹਵਾਈ ਜਹਾਜ਼ ਤੇ ਜਿਹੜੇ ਬਾਜ਼ ਹਲੇ ਨਹੀਂ ਚੜੇ ਉਹ ਰਬ ਨਾ ਹੀ ਚੜਾਗੇ ਤਾਂ ਚੰਗੀ ਗੱਲ ਹੈ। ਅੱਛਾ ਅੱਛਾ। ਇੰਨਾ ਫਰਕ ਜ਼ਰੂਰ ਹੈ। ਪਰ ਉਥੋਂ ਦੀ ਕਿਹਾ ਜਾਂਦਾ ਜਿਹੜੇ ਪੰਜਾਬੀ ਲੈਂਡਲਾਰਡ ਆ ਉਹਨਾਂ ਦੇ ਜ਼ਰੂਰ ਚੜੇ ਹੋਏ ਨੇ। ਮੈਂ ਹੁਣ ਜਾਵਾਂਗਾ ਜਾਨੀਆਂ ਤੇ ਵੱਡੇ 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 ਮੈਂ ਲਾਹੌਰ ਜਾਣਾ ਦੇਖਾਂਗਾ ਕਿ ਜਿਹੜੇ ਆਮ ਜਿਹੜੇ ਪੰਜਾਬੀ ਹੈਗੇ ਵਿਚਾਰੇ ਗਰੀਬ ਹੈਗੇ ਉਹਨਾਂ ਦਾ ਨਹੀਂ ਹੈਗਾ ਹਾਲ। ਇਸ ਤਰ੍ਹਾਂ ਦੇ ਜੇ ਸਮੁੱਚੇ ਪੰਜਾਬ ਨੂੰ ਇਸ ਵਾਰ ਫੇਰ ਤੁਸੀਂ ਜਿਹੜੀ ਸਭ ਤੋਂ ਜਿਹੜੀ ਮਾੜੀ ਗੱਲ ਹੈ ਪਹਿਲਾਂ ਅਸੀਂ ਆਪਾਂ ਖਾਸ ਕਰਕੇ ਸਿੱਖ ਹਾਂ ਹਿੰਦੂਆਂ ਨੂੰ ਮਹਿਣਾ ਦਿੰਦੇ ਹੁੰਦੇ ਸੀ ਜੀ ਇਹ ਇਹ ਆਪਣੇ ਪੰਜਾਬੀ ਦੇ ਸਕੇ ਨਹੀਂ ਬਣਦੇ ਹੁਣ ਸ਼ਹਿਰਾਂ ਵਿੱਚ ਪੰਜਾਬ ਸਿੱਖ ਕਿੰਨੇ ਸਕੇ ਨੇ ਪੰਜਾਬੀ ਦੇ ਘਰ ਘਰ ਹਿੰਦੀ ਬੋਲੀ ਜਾ ਰਹੀ ਹੈ ਅਬ ਮੈਂ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਜਾਂਦਾ ਮੈਂ ਟੋਕਣ ਹੋ ਰਿਹਾ ਨਹੀਂ ਜਾਂਦਾ ਅਗੇ ਉਹ ਬੜੇ ਮਰਕੈੜੀਆਂ ਨਿਗਾਹ ਨਾਲ ਮੈਨੂੰ ਵੇਖਦੇ ਵੀ ਇੱਕ ਕਰ ਕੀ ਰਿਹਾ ਹੈ ਤੁਸੀਂ ਪੰਜਾਬੀ ਦੇ ਸ਼ਾਇਰ ਹੋ ਹਾਂ ਤੇ ਉਹ ਜਿਹੜਾ అలਰਮ ਬੈਸਤ ਤੁਸੀਂ ਉਹਦੇ ਬਾਰੇ ਪਹਿਲਾਂ ਲਿਖਿਆ ਵੀ ਹੈਗਾ ਇਥੇ ਬੜਾ ਲੋਕਾਂ ਚਰਚਾ ਰਿਹਾ ਪਰ ਉਹ ਕੰਟਰਡਿਕਟ ਵੀ ਹੁੰਦੀ ਰਹੀ ਹੈ ਕਿ ਯੂਨੋ ਕਹਿੰਦੀ ਹੈ ਪੰਜਾਬੀ ਤਾਂ ਖਤਮ ਹੋ ਗਈ ਹੈ ਕੋਈ ਰਿਪੋਰਟ ਨਹੀਂ ਹੈ ਉਹ ਐਵੇਂ ਗਲਤ ਤੋ ਪੜੀਆ ਆ ਆਪ ਪੀੜੀਆਂ ਤੁਹਾਨੂੰ ਵੈਸੇ ਲੱਗਦਾ ਵੀ ਪੰਜਾਬੀ ਖਤਮ ਹੋ ਜਾਏਗੀ ਜੇ ਉਹ ਨਾ ਵੀ ਹੋਵੇ ਰਿਪੋਰਟ ਉਹ ਰਿਪੋਰਟ ਉਹ ਆਪ ਪੁੱਲ ਜਾਏ ਪੰਜਾਬੀ ਦੇ ਸ਼ਾਇਰ ਮਤ ਕਿਦਾਂ ਆਂਦੀ ਗੱਲ ਲੱਗਦੀ ਪੰਜਾਬੀ ਤੋਂ ਕੋਈ ਪੁਵੇਖ ਹੈ ਪੰਜਾਬੀ ਸਾਹਿਤ ਦਾ ਪੁਵੇਖਤਾ ਮੈਨੂੰ ਨਜ਼ਰ ਨਹੀਂ ਆ ਰਿਹਾ ਕਿਉਂ ਦੋ ਪੀੜੀਆਂ ਪੀੜੀਆਂ ਬਾਤ ਪੰਜਾਬੀ ਚ ਮੇਰੇ ਖਿਆਲ ਕੋਈ ਪੰਜਾਬੀ ਵਿੱਚ ਠੇਠ ਪੰਜਾਬੀ ਸ਼ਾਇਦ ਹੀ ਕੋਈ ਲਿਖੇ ਬੋਲੀ ਬਹੁਤ ਬਦਲ ਗਈ ਹੈ ਜਿਹੜੇ ਸੱਜੇ ਆਪਣਾ ਰੱਜੇ ਪੂਜੇ ਘਰਾਂ ਦੇ ਬੱਚੇ ਨੇ ਉਹ ਅੰਗਰੇਜ਼ੀ ਸਕੂਲਾਂ 'ਚ ਪੜ ਰਹੇ ਆ ਜੋ ਵੀ ਉਹਨਾਂ ਨੇ ਸਾਇਤ ਦੁਨੀਆ ਦਾ ਪੜਨਾ ਉਹਨਾਂ ਨੇ ਪੜਨਾ ਜਿਹੜੇ ਗਰੀਬ ਜਿਹੜੇ ਪ੍ਰਾਇਮਰੀ ਸਕੂਲਾਂ 'ਚ ਗਰੀਬ ਬੱਚੇ ਪੜ ਰਹੇ ਉਹਨਾਂ ਉਹਨਾਂ ਨੂੰ ਤਾਂ ਨਹੀਂ ਮਿਲਣਾ ਸਾਇਤ ਪੜਨ ਲਈ ਜਿਹੜੇ ਉਹਨਾਂ ਦੀ ਸਾਇਤ ਇੱਕ ਸਿਖਲਾਈ ਹੈ ਟ੍ਰੇਨਿੰਗ ਹੈ ਉਹ ਤਾਂ ਜਿਹੜੇ ਅੰਗਰੇਜ਼ੀ ਪੜਦੇ ਉਹਨਾਂ ਨੇ ਕਰਨ ਉਹਨਾਂ ਦੀ ਹੋਣੀ ਹੈ ਨਾ ਤੇ ਅਗਲੇ ਸਾਲਾਂ ਚ ਅਗਲੀਆਂ ਦੋ ਪੀੜ ਇੱਕ ਪੀੜੀ 33 ਸਾਲ ਦੀ ਮੰਨੀ ਜਾਂਦੀ ਹੈ ਡਿਕਸ਼ਨਰੀ ਦੇ ਮੁਤਾਬਕ ਤੇ ਦੋ ਪੀੜੀਆਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਸਾਹਿਤ ਸਿਰਜਣਾ ਹੋਏਗੀ ਜੋ ਅੱਜ ਹੋ ਰਹੀ ਹੈ ਠੇਠ ਪੰਜਾਬੀ ਵਿੱਚ ਉਹ ਬੋਲੀ ਕਿਹੜੀ ਹੋਏਗੀ ਇਹ ਰੱਬ ਜਾਣ ਉਹਦੇ ਲਿਪੀ ਕਿਹੜੀ ਹੋਏਗੀ ਹੋ ਸਕਦਾ ਉਹ ਆਪਣਾ ਰੋਮਨ ਸਕ੍ਰਿਪਟ ਹੋਵੇ ਇਹ ਇਹ ਖਤਰਾ ਹੈ ਇਹ ਬੜਾ ਸਾਹਮਣੇ ਨਜ਼ਰ ਆ ਰਿਹਾ ਹੈ ਮੈਨੂੰ ਇਸ ਇਸ ਤਰ੍ਹਾਂ ਦਾ ਜਿਹੜਾ 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 ਮੈਂ ਫਿਰ ਤੁਹਾਡੇ ਉਹ ਲੈ ਕੇ ਇਸ ਤਰ੍ਹਾਂ ਦਾ ਪੰਜਾਬ ਜਿਹੜਾ ਹੁਣ ਤੁਸੀਂ ਇਸ ਦੌਰੇ 'ਚ ਦੇਖ ਕੇ ਚੱਲੇ ਹੋਗੇ ਉਹ ਘੁੰਮ ਰਹੇ ਹੋਗੇ ਉਹ ਬਾਕੀ ਦੇਖੋਗੇ ਆਲੇ ਉਦਾਸ ਹੈ ਬਿਮਾਰ ਹੈ ਜਿੱਥੇ ਗਵਾਚ ਰਿਹਾ ਸਾਰਾ ਕੁਝ ਉਹ ਬੋਲੀ ਜਿਸ ਚੀਜ਼ ਨੂੰ ਅਸੀਂ ਨਾ ਪਿਆਰ ਕਰਦੇ ਜਿੱਦੂ ਰਚਨਾ ਕਰਦੇ ਉਹਦਾ ਭਵਿੱਖ ਵੀ ਕੁਐਸਚਨ ਮਾਰਕ ਥੱਲੇ ਤੁੰਦ ਲੈ ਪਤਾ ਨਹੀਂ ਦੋ ਸਾਲ ਬਾਅਦ ਇਹਨੇ ਸਾਲਾਂ ਬਾਅਦ ਰਹੇਗੀ ਕਿ ਨਹੀਂ ਰਗੀ ਤੇ ਫਿਰ ਹੁਣ ਇਸ ਵਾਰ ਅਦਾਰਸ਼ ਕੀਰੀ ਕਰਕੇ ਚੱਲੋਗੇ ਬਾਬਾ ਜੀ ਤੇ ਜੋ ਜੀ ਮੈਨੂੰ ਪਹਿਲਾਂ ਤੇ ਅਰਦਾਸ ਕਰਕੇ ਚੱਲਦਾ ਕਿ ਮੈਨੂੰ ਮੁੜ ਕੇ ਬਾਬਾ ਇੱਥੇ ਨਾ ਲੈ। ਇਹ ਤਾਂ ਉਸ ਵੇਲੇ ਇਸ ਵਾਰ ਕਿਹੜੀ ਕਰੋਗੇ। ਜਹਾਜ਼ ਦੇ ਪੌੜੀਆਂ ਚੜਨ ਲੱਗਿਆ ਪਤਾ ਨਹੀਂ ਮੰਨ ਦੇ ਕਿਹੜੀ ਅਵਸਥਾ ਹੋਏਗੀ। ਇਹ ਉਦੋਂ ਹੀ ਪਤਾ ਲੱਗੇਗਾ। ਪਰ ਪੰਜਾਬ ਤੁਹਾਨੂੰ ਛੱਡੇਗਾ ਨਹੀਂ ਪੰਜਾਬ ਪਿਆਰ ਕਰਦਾ। ਮੈਂ ਮੈਂ ਵੀ ਨਹੀਂ ਛੱਡਾਂਗਾ ਪੰਜਾਬ ਨੂੰ ਮੇਰੇ ਇਹ ਤੇ ਮੇਰੇ ਮਨ 'ਚ ਵਸਦਾ ਮੇਰੀ ਰੂਹ 'ਚ ਵਸਦਾ ਹੈ। ਬਹੁਤ ਵਧੀਆ ਗੱਲਾਂ ਹੋਈਆਂ ਅਮਰਜੀਤ। ਬਹੁਤ ਹੀ ਵਧੀਆ। ਥੈਂਕ ਯੂ ਵੈਰੀ ਮੱਚ ਦਰਸ਼ਕੋ ਆਪਾਂ ਅਮਰਜੀਤ ਚੰਦਨ ਹੋਰਾਂ ਦੇ ਨਾਲ ਗੱਲ ਕਰ ਰਹੇ ਸੀ। ਬੜੀਆਂ ਭਰਮੀਆਂ ਗੱਲਾਂ ਹੋਈਆਂ। ਪੰਜਾਬੀ ਸ ਜਿਹੜਾ ਬੜਾ ਚਰਚਾ ਵਿੱਚ ਰਿਹਾ ਤੇ ਪੰਜਾਬੀ ਸਿਹਤ ਦੇ ਪੰਜਾਬੀ ਬੋਲੀ ਦੇ ਤੇ ਪੰਜਾਬ ਦੇ ਭਵਿੱਖ ਬਾਰੇ ਕੀ ਬਦਲ ਘਿਰ ਰਹੇ ਨੇ ਕੀ ਕਾਲਖ ਜਿਹੜੀ ਆ ਉਪਰੋਂ ਨੀਮੀ ਹੁੰਦੀ ਜਾ ਰਹੀ ਹੈ ਉਸ ਉਦਾਸ ਭਵਿੱਖ ਬਾਰੇ ਲਈ ਸ਼ਹਿਰ ਦੇ ਨਾਲ ਗੱਲਾਂ ਕਰਦੇ ਕਰਦੇ ਕੁਝ ਇਸ ਤਰ੍ਹਾਂ ਦੀ ਪਾਕਿਆ ਹੋਈ ਹੈ ਇਹ ਪਾਕਿਆ ਚਿੰਤਾ ਵਾਲੀ ਹੈ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਸ਼ੁਕਰੀਆ ਬਾਦ